ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਭਾਈ ਹਰਵੀਰ ਸਿੰਘ ਜੀ ਸੰਧੂ ਜਿਨ੍ਹਾਂ ਨੂੰ ਅੱਜ ਬਹੁਤ ਵੱਡਾ ਦੁੱਖ ਔਰ ਮੁਸੀਬਤ ਦਾ ਪਹਾੜ ਜਿਨ੍ਹਾਂ 'ਤੇ ਡਿੱਗਿਆ, ਭਾਈ ਮੋਹਨ ਸਿੰਘ ਜੀ ਨੇ ਦੇਖੋ ਉਹਨਾਂ ਦੀ ਤਾਰੀਫ ਕਰਤੀ। ਸਿੱਖ ਨਹੀਂ ਭੁੱਲਦੇ, ਸਿੱਖ ਨਵਾਬ ਮਲੇਰਕੋਟਲੇ ਵਾਲੇ ਨੂੰ ਨਹੀਂ ਭੁੱਲਦੇ, ਸਿੱਖ ਮੀਆਂ ਮੀਰ ਨੂੰ ਨਹੀਂ ਭੁੱਲਦੇ। ਸਿੱਖ ਉਹ ਸੰਵਿਧਾਨ 'ਤੇ ਆਪਣਾ ਜੀਵਨ ਬਸਰ ਕਰਦੇ ਨੇ ਜੋ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪੈਂਡਾ ਚੱਲ ਸਤਿਗੁਰ ਕਰੋੜ ਕੋਲ ਪੈਂਡਾ ਆਗੇ ਹੋਏ ਲੈ ਰੇਤ ਹੈ। ਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ, ਜੇ ਕਿਸੇ ਦਾ ਪਤੀ ਹੋਵੇ ਤਾਂ ਉਹ ਹਰਵੀਰ ਸਿੰਘ ਸੰਧੂ ਵਰਗਾ ਹੋਵੇ, ਜਿਹਨੇ ਇੱਕ ਪਾਸੇ ਕੌਮ ਦੀ ਲੜਾਈ ਪੂਰੀ ਲੜੀ, ਦੂਜੇ ਪਾਸੇ ਪਰਿਵਾਰ ਦਾ ਇੱਕ ਇੱਕ ਮਿੰਟ ਦਾ ਜਿਹੜਾ ਫਰਜ਼ ਸੀ ਉਹ ਗੁਰੂ ਅੱਗੇ ਕੇਵਲ ਨਾਵਾਂ ਫੇਰਾਂ ਦੇ ਟਾਈਮ ਜਿਹੜਾ ਆਪਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਇੱਕ ਕਿਸਮ ਦਾ ਆਪਾਂ ਇਕਰਾਰਨਾਮਾ ਕੀਤਾ ਹੁੰਦਾ। ਸਰਾਪਾ ਤੇ ਰਸਾਲੇ ਦੇ ਨਾਲ ਸਨਮਾਨ ਕੀਤਾ ਜਾਂਦਾ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ। ਹਾਂਜੀ ਸਰ ਜੀ, ਇੱਧਰ ਸਮਝ ਲਓ ਜਰਾ ਜੀ। ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਆਹ
ਕਿੱਥੇ ਤੈਂਡੇ ਮਾਪਿਆਂ
Oh,
Devo sajana, asi
Oh,
ਸਿਆ ਬਾਣੇ ਸ਼ਬਦ ਭਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਭਵਾਇਆ ਸ਼ਾਂਤ ਸੁਖ ਮਨ ਆਏ ਵਸਿਆ ਜਨ ਨੀਚਾ ਸਭ ਜਾਣਿਆ ਸਦਾ ਗੁਰਬਾਣੀ ਕਾ ਗੁਰ ਰਟਹਾ ਜਸ ਤੁਮਾਰੇ ਕਰ ਸੁਪਾਦੇ ਸ਼ਬਦ ਵਾਲੇ ਕਲਾ ਤੁਰ ਕਰਦਾਇਆ ਪੰਚ ਗੁਰ ਸੰਬਰ ਸਾਹਾ ਲਿਖਿਆ ਮਿਲ ਕਰ ਪਾਵਾ ਤੇਲ ਦੇਹੋ ਸਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੁਰ ਚੰਗੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਤੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੁਣ ਸਹਾਇ ਅਰਜਨ ਹਰ ਭਗਤ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਕਰ ਨਾਮ ਦਿਆ ਵੈ ਖਾਇ ਸਭ ਥਾਈ ਹੋਇ ਸਹਾਇ ਤਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿੱਤਾ ਜੀ ਦਾ ਧਿਆਨ ਕਰਕੇ ਬੋਲੋ ਜੀ ਅਤੇ ਮੰਨਿਆ ਤਿਨਾਂ ਦੀ ਪਵਿੱਤਰ ਗ੍ਰੰਥ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਧਿਆਵਨ ਦਾ ਸਰਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਕੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਰ ਪੰਥ ਕੀ ਜਿਸਤਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਕਿਉਂਕਿ ਝੰਡੇ ਹੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਆਪਣੇ ਪੰਥ ਦੇ ਸਦਾ ਸਹਾਈ ਕਰਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨਦਾਰ ਅਤੇ ਸੇਵਾ ਸੰਭਾਲਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਬਿਨ ਮਾਨਿਆ ਦੇ ਮਾਨ ਸਤਿਗੁਰੂ ਨਿਤਾਣਿਆ ਦੇ ਤਾਨ ਦਿਉਤਿਆਂ ਦੇ ਉਹ ਧੰਨ ਧੰਨ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਮੁਖ ਜਨਮ ਸੁਭਾ ਦਰਗਹਿ ਕਲਿਆ ਸੱਚੀ ਦਰਗਹਿ ਜਾਏ ਸੱਚਾ ਫਿਰ ਮਲਿਆ ਜਿਹਾ ਜੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੈ ਆਵੈ ਨਾਨਕਾ ਸੱਚ
ਸੇ ਉਠੀ ਜੈ ਦੇ ਗੁਰੂ ਆਤਮ ਸਾਰ ਦਾ ਧਰਤ ਪ੍ਰੀਤਮਾ ਸਤਾਰ ਲੋਕ ਦੀ ਸੁਖਿੰਦਰ ਕੋ ਜੀ ਕਰਮ ਪਤਨੀ ਸਤਾਰ ਲੋਕ ਪਰਿਸਰ ਪਰੇ ਅਭੀ ਸਿੰਘ ਸੰਤੂ ਜੀ ਸੱਚੇ ਪਾਤਸ਼ਾਹ ਜੀ ਬੀਬੀ ਸੁਖਿੰਦਰ ਕੋ ਜੀ ਨੂੰ ਆਪ ਜੀ ਨੇ ਬਿਨੇ ਕੋ ਆਦੂ ਸਵਾਸ ਬਖਸ਼ੇ ਸਵਾਸਾ ਦੀ ਰਾਜਪਤੀ ਨੂੰ ਸੰਤੁਲਨ ਕਰ ਦਿਆ ਹੋਇਆ ਕੋਈ ਦਿਨ ਪੈਦਾ ਅਕਾਲ ਕਰਾਣਾ ਕਰਕੇ ਸੰਤ ਦਾਰਤਾ ਜੀ ਉਹ ਜਿਨ੍ਹਾਂ ਦਿਨ ਵਿੱਚ ਉਹਨਾਂ ਦੇ ਪਿਆਰੀ ਯਾਦ ਵਿੱਚ ਉਹਨਾਂ ਦੇ ਧਰਮ ਪਤੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਧੁਰਗੀ ਬਾਣੀ ਆਈ ਤਿੰਨ ਸਭਲੇ ਚਿੰਤ ਮਿਟਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਪ੍ਰਾਰੰਭ ਕਰਵਾਏ ਗਏ ਸਨ ਜਿਨ੍ਹਾਂ ਦੀ ਅੱਜ ਤੱਕ ਪੂਰਨਤਾ ਤੋਂ ਗੁਰਦੁਆਰਾ ਸਾਹਿਬ ਵਿਖੇ ਸੁੰਦਰ ਦੀਵਾਨ ਸਜਾ ਕਰਕੇ ਵਿਰਾਜਮਈ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਦੇ ਕੀਰਤਨ ਦੁਆਰਾ ਹਾਜ਼ਰੀਆਂ ਭਰਵਾਈਆਂ ਦਰਕਾਰ ਪਿਤਾ ਜੀਓ ਭੁੱਲਾਂ ਚੁੱਤਾਂ ਦੀ ਖਿਮਾ ਬਖਸ਼ਣੀ ਜੀਓ ਅਗਾਹਾਂ ਤੋਂ ਸਮਰਥ ਬਖਸ਼ਣੀ ਪੜੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੱਚੇ ਪਾਤਸ਼ਾਹ ਜੀ ਸੰਸਾਰ ਦੀ ਯਾਤਰਾ ਨੂੰ ਸੰਪੂਰਨ ਕਰਦਿਆਂ ਹੋਇਆ ਬੀਬੀ ਸੁਖਿੰਦਰ ਕੌਰ ਜੀ ਪਾਸੋਂ ਜਾਣੇ ਅਣਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਰੀਤੂਵਾਲ ਜਮਾ ਕਰਨੀਆਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਕਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਕਰ ਵਰਗੈ ਤਾਤੀ ਬ੍ਰਹਮਤ ਨਾਨਕ ਹੁਕਮ ਪਛਾਣੈ ਸੁਖ ਹੋ ਹੈ ਬਿਨ ਰਾਤੀ ਵਾਲੀਆਂ ਮਿਹਰਾਂ ਕਰਨੀਆਂ ਦਰਕਾਰ ਪਿਤਾ ਜੀ ਸਰਬਤ ਸਾਧ ਸੰਗਤ ਦੀ ਨਿਰ ਦੀ ਅਰਦਾਸ ਹੈ ਜੀ ਪੜੀ ਸੁਣੀ ਬਾਣੀ ਦਾ ਮਹਾਤਮ ਸਤਸੰਗਤ ਦਾ ਮਹਾਤਮ ਸ਼ਬਦ ਕੀਰਤਨ ਦਾ ਮਹਾਤਮ ਵਿਛ ਚੁੱਕੀ ਰੂਪ ਦੀ ਸੁਖਿੰਦਰ ਕੌਰ ਜੀ ਨੂੰ ਪ੍ਰਦਾਨ ਕਰਕੇ ਕਹਿ ਕਬੀਰ ਸੁਣੋ ਰੇ ਸੰਤੋ ਖੇਡ ਹੀ ਕਰੋ ਨਿਹਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਉਜਲ ਤੇਰਾ ਵਾਲੀ ਬਖਸ਼ਿਸ਼ ਕਰਨੀ ਆਵਾ ਬਖਤ ਮੁਕਤ ਕੇ ਸਦੀਵ ਕਾਲ ਸੱਚਖੰਡ ਪਾਸਾ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਵਿੱਚ ਭਾਣਾ ਮੰਨਣ ਦਾ ਬਲ ਸਮਰੱਥਾ ਬਖਸ਼ਣਾ ਦੁੱਖਾਂ ਰੋਗਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਕੇ ਨਾਮ ਬਾਣੀ ਦਾ ਪ੍ਰਕਾਸ਼ ਕਰਨਾ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਫਿਰ ਸੰਭਾਲੇ ਆਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਬ੍ਰਿਤ ਪਾਲੇ ਵਾਲੀਆਂ ਬਖਸ਼ਾਂ ਕਰਨੀਆਂ ਦਰਤੇ ਪ੍ਰਵਾਨ ਕਰਨਾ ਸ਼ਬਦ ਕੀਰਤਨ ਬੇਅੰਤ ਅਰਦਾਸ ਪਿਤਾਮਾ ਹਾਜ਼ਰ ਦਰਤੇ ਪ੍ਰਵਾਨ ਕਰਨਾ ਸੇਵਕਾਂ ਦੇ ਖਜ਼ਾਨੇ ਭੰਡਾਰੇ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਮੰਦਿਆ ਕਰਪਾਵਨਾ ਸੋ ਮੈਂ ਵਿਚੋਂ ਜਾਏਗੀਆਂ ਮਿਹਰਾਂ ਕਰਨੀਆਂ ਦਰਬਾਰ ਪਿਤਾ ਜੀ ਸੇਵਕਾਂ ਵੱਲੋਂ ਆਪ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਸੇਵਕਾਂ ਵੱਲੋਂ ਅੰਤਿਮ ਅੰਮ੍ਰਿਤ ਕੜਾਹਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਗਰੀਬਾਂ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਏ ਸੀ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਭ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈਆ ਤਾਲ ਕੇ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਕਿਉਂ ਪ੍ਰਭ ਕੋ ਮਿਲ ਕੋਚ ਹੈ ਕੋਚ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲੇਂਗੇ ਬਚੇ ਸੰਜੋ ਵਾਰ ਹੋਏ ਸਭ ਮਿਲੇਂਗੇ ਬਚੇ ਸੰਜੋ ਬੋਲੇ ਖਾਲਸਾ
ਗੱਲਾਂ ਕਰਦੇ ਹਾਂ। ਤਨ ਜੋਬਨ ਅਰਪੜਾ ਨਾਠੀ ਅੜੇ ਵਿਚਾਰ ਪਪਨ ਕੇਰੇ ਹੱਥ ਜਿਉ ਚਲ ਚਲ ਜੁਮਨ ਹਾਰ ਪ੍ਰੀਤਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜਨੋਂ ਅਚੰਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚ ਨਾ ਚੇਤੇ ਸਨ ਸੋ ਗਾਲੀ ਲੱਗੀਆਂ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਰੂਚ ਰਹਿਣ ਫਿਰਨਾ ਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨਾ ਸਿਰ ਉੱਪਰ ਮਰਨਾ ਕਿਆ ਜਾਣਾ ਕਿਵ ਮਰ ਜਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਸੱਜਣ ਸੱਚਾ ਪਾਤਸ਼ਾਹੋ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੁੱਖ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਜੁਗੋ ਜੁਗੋ ਕਲ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਵਿੰਦਰ ਕੌਰ ਜੀ ਦੀ ਯਾਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦਰਗਹਿ ਜਾਏ ਸੱਚਾ ਪਿੜ ਮੱਲਿਆ ਦੇ ਮਹਾਂਵਾਕ ਅਨੁਸਾਰ ਮੈਂ ਸਮਝਦਾ ਇਸ ਪਰਿਵਾਰ 'ਤੇ ਇਹ ਜਿਹੜੀਆਂ ਪੰਕਤੀਆਂ ਨੇ ਇਹ ਢੁੱਕਦੀਆਂ ਨੇ ਇਸ ਪਰਿਵਾਰ ਦੀ ਜਿਹੜੀ ਸੇਵਾ ਹੈ ਮੈਂ ਸਮਝਦਾ ਜਿੱਦਾਂ 18ਵੀਂ ਸਦੀ ਦੇ ਵਿੱਚ ਸਾਡੇ ਸਿੱਖ ਜਰਨੈਲਾਂ ਨੇ ਪੂਰੀ ਸਦੀ ਆਪਣੀ ਕੌਮ ਲਈ
ਜੰਗਲਾਂ ਯੁੱਧਾਂ ਦੇ ਵਿੱਚ ਰਹਿ ਕੇ ਅਬਦਾਲੀ ਤੇ ਨਾਦਰ ਸ਼ਾਹ ਵਰਗਿਆਂ ਦੀ ਈਨ ਨਹੀਂ ਮੰਨੀ, ਖਾਲਸਾ ਰਾਜ ਲਈ ਪੂਰੀ ਸਦੀ ਲੜੇ। ਆਪਾਂ ਅਰਦਾਸ ਕੀਤੀ ਹੈ ਸਾਧ ਸੰਗਤ ਜੀ, ਬਹੁਤ ਵਾਰੀ ਆਪਣਾ ਧਿਆਨ ਹੈ ਜਿਹੜਾ ਉਹਨਾਂ ਲਫ਼ਜ਼ਾਂ ਵੱਲ ਨਹੀਂ ਜਾਂਦਾ ਸਾਰਿਆਂ ਦਾ, ਜਿਹੜਾ ਇੱਕ ਪਹਿਲਾ ਆਉਂਦਾ ਹੈ ਕਿ ਜਿਹਨਾਂ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਝੋਲੀਆਂ ਚ ਪਵਾਏ, ਆਂਦਰਾਂ ਦੇ ਹਾਰ ਗਲਾਂ ਚ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨਾ ਖੰਨਾ ਪ੍ਰਸਾਦੇ ਤੇ ਗੁਜ਼ਾਰਾ ਕੀਤਾ। ਇਹ ਲਫ਼ਜ਼ ਬਹੁਤ ਸੌਖੇ ਨੇ ਕਹਿਣ ਦੇ ਵਿੱਚ, ਜੇਕਰ ਜਦੋਂ ਇਹ ਭਾਣਾ ਵਾਪਰਿਆ ਹੋਵੇਗਾ ਉਸ ਸੀਨ ਨੂੰ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਲਿਆਈਏ। ਇੱਥੇ ਹੀ ਵਾਸਣੀ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਜਦੋਂ ਖਾਣ ਨੂੰ ਸ਼ਾਮ ਨੂੰ ਅੱਧਾ ਅੱਧਾ ਪ੍ਰਸਾਦਾ ਮਿਲਦਾ ਸੀ, ਇੱਕ ਭੈਣ ਆਪਣੇ ਵਾਲਾ ਪ੍ਰਸਾਦਾ ਦੂਜੀ ਭੈਣ ਨੂੰ ਦੇ ਦਿੰਦੀ ਸੀ ਕਿ ਜਿਹਦਾ ਬੱਚਾ ਸ਼ਹੀਦ ਹੋ ਜਾਂਦਾ ਸੀ ਕਿ ਤੂੰ ਮੇਰੇ ਵਾਲਾ ਪ੍ਰਸਾਦਾ ਤੂੰ ਲੈ ਲੈ, ਤੇਰੇ ਬੱਚੇ ਨੇ ਅਜੇ ਦੁੱਧ ਸੁੰਘਣਾ ਹੈ। ਇਹ ਇੱਕ ਦਿਨ ਨਹੀਂ ਵਾਪਰਿਆ ਸਾਡੇ ਨਾਲ, ਨਾ ਇੱਕ ਮਹੀਨਾ, ਨਾ ਇੱਕ ਸਾਲ, ਦੋ ਸਾਲ, ਪੰਜ ਸਾਲ, ਪੂਰੀ ਸਦੀ ਸਾਡੇ ਵਡੇਰਿਆਂ ਨੇ, ਸਾਡੇ ਸਿੱਖਾਂ ਨੇ, ਜਰਨੈਲਾਂ ਨੇ ਆਪਣੇ ਪਿੰਡੇ ਤੇ ਹੰਢਾਇਆ। ਇਹ ਹਾਲਾਤ ਸੀ ਉਸ ਟਾਈਮ ਕੌਮ ਦੇ, ਜਦੋਂ ਅਬਦਾਲੀ ਵਰਗੇ ਜ਼ਾਲਮ ਆ ਜਾਂਦੇ ਸੀ ਆਪਣੇ ਪਰਿਵਾਰਾਂ ਨੂੰ ਗੱਡਿਆਂ ਦੇ ਵਿੱਚ ਬਹਾ ਕੇ, ਮਾਝੇ ਤੋਂ ਮਾਲਵਾ, ਮਾਲਵੇ ਤੋਂ ਰਾਜਸਥਾਨ, ਨਾਲੇ ਦੁਸ਼ਮਣ ਦਾ ਮੁਕਾਬਲਾ ਕਰਨਾ ਤੇ ਨਾਲੇ ਪਰਿਵਾਰ ਦੀ ਸੁਰੱਖਿਆ ਰੱਖਣੀ। ਇਹਨਾਂ ਸਮਿਆਂ ਦੇ ਵਿੱਚੋਂ ਲੰਘਦਿਆਂ ਹੋਇਆਂ ਪੂਰਾ 100 ਸਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ। ਸਿੱਖ ਰਾਜ ਜੋ ਦੁਨੀਆਂ ਦੀ ਅੱਜ ਮਿਸਾਲ ਹੈ, ਨਾ ਹੋਇਆ ਜਾਂ ਰਾਜ ਕਿਸੇ ਕੌਮ ਤੋਂ ਹੋਇਆ ਤੇ ਨਾ ਹੋਵੇਗਾ। ਆਪਾਂ ਸਾਰੇ ਰਾਜ ਦੇਖਦੇ ਨੇ, ਮੁਸਲਮਾਨ ਰਾਜ ਦੇ ਵਿੱਚ ਗੈਰ ਮੁਸਲਮਾਨ ਤੇ ਬੜਾ ਜ਼ਬਰ ਜ਼ੁਲਮ ਹੋਇਆ। ਅੱਜ ਹਿੰਦੂ ਦਾ ਰਾਜ ਆ, ਅੱਜ ਗੈਰ ਹਿੰਦੂ ਤੇ ਜ਼ਬਰ ਤੇ ਜ਼ੁਲਮ ਹੋ ਰਹੇ ਨੇ। ਪਿਓ ਦੇ ਸਾਹਮਣੇ ਉਹਦੀ ਧੀ ਨੂੰ ਨੰਗਿਆ ਕੀਤਾ ਜਾ ਰਿਹਾ, ਭੈਣ ਦੇ ਸਾਹਮਣੇ, ਭਰਾ ਦੇ ਸਾਹਮਣੇ ਉਹਦੀ ਭੈਣ ਨੂੰ ਨੰਗਾ ਕੀਤਾ ਗਿਆ। ਗੈਰ ਹਿੰਦੂ ਦੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਸਿੱਖ ਹੋਵੇ, ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਢਾਇਆ ਗਿਆ ਤੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਨੂੰ ਸਾੜਿਆ ਜਾ ਰਿਹਾ ਹੈ। ਪਰ ਤੁਹਾਡੇ ਰਾਜ ਵਿੱਚ, ਸਿੱਖਾਂ ਦੇ ਰਾਜ ਵਿੱਚ ਕੋਈ ਬਾਂਹ ਖੜੀ ਕਰਕੇ ਕਹੇ ਕਿਸੇ ਮੁਸਲਮਾਨ ਦੀ ਮਸਜਿਦ ਢਹੀ ਹੋਵੇ, ਕਿਸੇ ਦਾ ਮੰਦਰ ਢਹਿਆ ਹੋਵੇ, ਕਿਸੇ ਦੀ ਕੁਰਾਨ ਸੜੀ ਹੋਵੇ, ਕਿਸੇ ਦੀ ਗੀਤਾ ਜੜੀ ਹੋਵੇ। ਸਿੱਖਾਂ ਦਾ ਰਾਜਾ ਮੋਢਿਆਂ ਤੇ ਦਾਣਿਆਂ ਦੀ ਪੰਡ ਚੁੱਕ ਕੇ ਲੋੜਵੰਦਾਂ ਦੇ ਘਰੇ ਦੇ ਕੇ ਆਉਂਦਾ ਰਿਹਾ। ਐਸਾ ਰਾਜ ਸਾਡੀ ਕੌਮ ਜਿਹੜਾ ਸਿਰਜਣਾ ਚਾਹੁੰਦੀ ਹੈ ਉਹਦੇ ਲਈ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਸਰਦਾਰ ਹਰਬੀਰ ਸਿੰਘ ਜੀ ਸੰਧੂ ਸਾਹਿਬ, ਕੋਈ ਵੀ ਆਪਾਂ ਕਿੰਨਾ ਵੀ ਮਰਦਾ ਹੈ ਜਿਹੜਾ, ਉਹ ਜੋ ਵੀ ਸੇਵਾ ਕਰਦਾ ਹੈ ਉਹ ਆਪਣੇ ਜੀਵਨ ਸਾਥੀ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਜੇਕਰ ਗੱਡੇ ਦੇ ਦੋ ਪਹੀਏ ਇਕੱਠੇ ਨਾ ਚੱਲਣ ਤਾਂ ਉਹ ਗੱਡਾ ਲੈਣ ਤੇ ਚੱਲ ਨਹੀਂ ਸਕਦਾ। ਇਸੇ ਕਰਕੇ ਮੈਂ ਜੋ ਇਸ ਪਰਿਵਾਰ ਦਾ ਕੰਪੈਰੀਜ਼ਨ ਉਸ 18ਵੀਂ ਸਦੀ ਦੇ ਸਿੱਖਾਂ ਦੇ ਨਾਲ ਕੀਤਾ ਹੈ ਕਿ ਇਹ ਪਰਿਵਾਰ ਵੀ ਅੱਜ ਭਾਵੇਂ ਅਸੀਂ ਸਟੇਟ ਲੈਸ ਹਾਂ ਪਰ ਅੱਜ ਵੀ ਸਾਡੀ ਕੌਮ ਹੈ ਜਿਹੜੀ, ਅਸੀਂ ਭੁੱਖੇ ਸੌਂਦੇ ਹਾਂ, ਅਸੀਂ ਖੁਦਕਸੀਆਂ ਕਰਦੇ ਹਾਂ, ਪਰ ਜਿਸ ਕਿਸੇ ਦੇ ਵੀ ਆਫਤ ਆ ਜਾਵੇ ਅਸੀਂ ਉੱਥੇ ਲੰਗਰ ਲੈ ਕੇ ਪਹੁੰਚ ਜਾਂਦੇ ਹਾਂ। ਇਹ ਸਾਡਾ ਸਿਧਾਂਤ ਹੈ। ਮੈਂ ਇੱਕ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ, ਉਦੋਂ ਬੜਾ ਦੁੱਖ ਲੱਗਦਾ ਹੈ ਕੋਈ ਗੈਰ ਸਿੱਖ ਤਾਂ ਇਹ ਗੱਲ ਕਹੇ, ਪਰ ਜਦੋਂ ਸਿੱਖ ਦੇ ਮੂੰਹੋਂ ਇਹ ਗੱਲ ਸੁਣੀ ਦੀ ਹੈ ਕਿ ਖਾਲਿਸਤਾਨ ਬਣ ਗਿਆ ਤਾਂ ਬੜਾ ਟੁੱਕੀ ਹੋ ਜੂਗੀ, ਕਿਤੇ ਐਂ ਹੋ ਜੂਗਾ, ਉਹ ਹੋ ਜੂਗਾ, ਜਦੋਂ ਸਿੱਖਾਂ ਦੇ ਮੂੰਹ ਤੋਂ ਇਹ ਗੱਲ ਸੁਣਦੇ ਉਦੋਂ ਬੜਾ ਦੁੱਖ ਲੱਗਦਾ ਹੈ। ਜਿਹੜਾ ਸਿੱਖਾਂ ਦਾ ਰਾਜ ਅੱਜ ਦੁਨੀਆਂ ਦੇ ਵਿੱਚ ਇੱਕ ਮਿਸਾਲ ਹੈ। ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ, ਇੰਨਾ ਕੁ ਜ਼ਰੂਰੀ ਸੀ ਇਸ ਪਰਿਵਾਰ ਦੇ ਲਈ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਕੌਮ ਲਈ, ਆਪਣੇ ਧਰਮ ਲਈ ਬੜੀ ਅਣਥਿਕ ਮਿਹਨਤ ਕਰ ਰਹੇ ਨੇ ਸਰਦਾਰ ਹਰਵੀਰ ਸਿੰਘ ਜੀ। ਬਹੁਤ ਸਾਰੀਆਂ ਸੰਗਤਾਂ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਆਪਾਂ ਆਏ ਹਾਂ ਅਤੇ ਸਾਰਿਆਂ ਨੂੰ ਬੁਲਾਉਣਾ ਬਹੁਤ ਮੁਸ਼ਕਲ ਹੈ। ਜਿੰਨੇ ਵੀ ਤੁਸੀਂ ਆਏ ਹੋ ਮੈਂ ਦੇਖਦਾ ਰਿਹਾ,
और पढ़े लिखे विद्वान बड़े सूझवान लोग हो कि सारे का तह दिलों बहुत बहुत धन्यवाद मैं करदा जिन्हें भी मैं बुलारिया हाजरी लगाने की कोशिश करूँगा वो एक दो मिनटा के अपने संखेप शब्दों के हाजरी लगा के अपना समय के रह के हाजरी लगाने की कृपालता कर। मैं सब तो पहला बेनती करूँगा इतों के कौंसलर सरदार शमशेर सिंह जी सेरा वो अपने वालों बीबी सुखविंदर कौर जी को साधा के सत्कार भेट करे। साढ़े बहुत ही सत्कारयोग सरदार शमशेर सिंह जी सेरा कौंसलर भैन जी होना दे परिवार बारे संखेप लफ्जा विच बहुत ही वधिया तरीके दे नाल आप सब नूं जानकारी दित्ती है। वैसे भी असीं सब जानदे हां तां ही इस अंतम अरदास विच भैन जी सुखविंदर कौर होना दी अंतम अरदास विच असीं सारे भाई साहब भाई हरबीर सिंह संधू होना दे नाल उन्हां दे परिवार दे नाल दुख सांझा करन लई असीं सारे इत्थे इकट्ठे होए हां। जद भी कोई परिवार दा जी इस तरह जांदा है ਤਾਂ ਪਿੱਛੋਂ ਪਰਿਵਾਰ ਨੂੰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਬਹੁਤ ਦੁੱਖ ਤਕਲੀਫ ਹੁੰਦੀ ਹੈ, ਬਹੁਤ ਸੋਗ ਵਿੱਚ ਚਲੇ ਜਾਂਦੇ ਨੇ ਸਾਰੇ। ਪਰ ਉਸ ਟਾਈਮ ਇੱਕ ਹੀ ਸਹਾਰਾ ਹੁੰਦਾ ਹੈਗਾ, ਪਰਮਾਤਮਾ ਦੇ ਨਾਂ ਦਾ। ਉਸ ਪਰਮਾਤਮਾ ਦੇ ਨਾਂ ਨਾਲ ਜੁੜ ਕੇ ਹੀ ਅਸੀਂ ਉਸਦੇ ਬਾਣੇ ਨੂੰ ਮਿੱਠਾ ਕਰਕੇ ਮੰਨ ਸਕਦੇ ਹਾਂ। ਆਪ ਸਭ ਜਾਣਦੇ ਹੋ ਕਿ ਭਾਈ ਸਾਹਿਬ ਹੁਣਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਕੌਮ ਨੂੰ ਬਹੁਤ ਵੱਡੀ ਦੇਣ ਹੈਗੀ ਆ। ਭਾਈ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਨਾਲ ਹਰ ਜਗ੍ਹਾ 'ਤੇ ਮੋਢੇ ਨਾਲ ਮੋਢਾ ਜੋੜ ਕੇ ਲਿਟਰੇਚਰ ਦੇ ਰਾਹੀਂ ਵੀ ਵੈਸੇ ਵੀ ਹਰ ਜਗ੍ਹਾ 'ਤੇ ਉਹ ਆਪਣੇ ਕੌਮੀ ਸੰਘਰਸ਼ ਵਿੱਚ ਬਣਦਾ ਹਿੱਸਾ ਪਾ ਰਹੇ ਆ। ਔਰ ਜਦੋਂ ਵੀ ਕੋਈ ਆਪਣੇ ਕੌਮੀ ਸੰਘਰਸ਼ ਵਿੱਚ ਹਿੱਸਾ ਪਾਉਂਦਾ ਹੈ ਤਾਂ ਪਿੱਛੋਂ ਪਰਿਵਾਰ ਬੱਚਿਆਂ ਦੀ ਸਾਂਭ ਸੰਭਾਲ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਉਹਨਾਂ ਦੇ ਜੀਵਨ ਸਾਥੀ 'ਤੇ ਆ ਜਾਂਦੀ ਆ, ਜਿਹੜੀ ਕਿ ਭੈਣ ਜੀ ਹੁਣੀ ਬਹੁਤ ਬਖੂਬੀ ਨਾਲ ਨਿਭਾ ਰਹੇ ਸਨ। ਵਾਹਿਗੁਰੂ ਕਿਰਪਾ ਕਰੇ, ਭਾਣੇ ਅੰਦਰ ਰੱਖੇ, ਇਹੀ ਬੇਨਤੀ ਆ ਕਿ ਕਿਰਪਾ ਕਰਕੇ ਆਪਣੇ ਭਾਣੇ ਅੰਦਰ ਸਾਰੇ ਪਰਿਵਾਰ ਨੂੰ ਰੱਖੇ। ਇੰਨੀਆਂ ਕੁ ਬੇਨਤੀਆਂ ਕਰਦੀ ਹੋਈ ਦਾਸ ਕਿਮਾਂ ਦੀ ਇਜਾਜ਼ਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਸੁਖਵਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਪਹੁੰਚੇ ਜੀ। ਸੁਖਵਿੰਦਰ ਕੌਰ ਸਾਡੇ ਸੁਸਾਇਟੀ ਦੇ ਇੱਕ ਮੈਂਬਰ ਵੀ ਸੀ। ਮਾਈਕ ਥੋੜ੍ਹਾ ਥੱਲੇ ਕਰ ਲਓ, ਆ ਮਾਈਕ ਥੱਲੇ ਕਰ ਲਓ ਬਸ। ਇਹ ਇਸ ਤਰ੍ਹਾਂ ਚਲੇ ਗਏ ਸਾਡੇ ਵਿੱਚੋਂ, ਜਿਸ ਤਰ੍ਹਾਂ ਮਾਲਾ ਵਿੱਚੋਂ ਇੱਕ ਮੋਤੀ ਨਿਕਲ ਕੇ ਚਲਾ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਇਹਨਾਂ ਨੇ ਆਪਣਾ ਵਿਸ਼ਵਾਸ ਦੇ ਦਿੱਤਾ। ਸਦੀਵੀ ਵਿਛੋੜਾ ਸਾਨੂੰ ਦੇ ਕੇ ਚਲੇ ਗਏ। ਸੁਖਵਿੰਦਰ ਕੌਰ ਜਿਨ੍ਹਾਂ ਨੂੰ ਸਾਰਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹਦਾ ਨਹੀਂ ਕਿੰਨੇ ਭੱਬੀ ਸੀ, ਉਹਨੂੰ ਸਾਰੇ ਪਿਆਰ ਦੇ ਨਾਲ ਭੱਬੀ ਭੈਣ ਜੀ ਕਹਿੰਦੇ ਸੀ। ਔਰ ਇੰਨੀ ਅੱਛੀ ਨੇਚਰ ਦੀ ਸੀਗੀ, ਸੁਭਾਅ ਦੀ ਸੀ, ਸਾਡਾ ਉਹਨਾਂ ਦੇ ਨਾਲ 40 ਸਾਲ ਤੋਂ ਸਖ਼ਤ ਸੰਬੰਧ ਹੈ। ਮੈਨੂੰ ਤਾਂ ਬਿਲਕੁਲ ਛੋਟੀਆਂ ਭੈਣਾਂ ਵਾਂਗ ਲੱਗਦੀ ਸੀ, ਬੜੇ ਪਿਆਰ ਨਾਲ ਮੈਨੂੰ ਹਮੇਸ਼ਾ ਮਿਲਦੀ ਸੀ ਸੁਸਾਇਟੀ ਵਿੱਚ, ਕਿਤੇ ਕਿੱਟੀ ਵਿੱਚ, ਕਿਤੇ ਗੈਦਰਿੰਗ 'ਚ, ਕਿਤੇ ਵਿਆਹ 'ਚ, ਕਿਤੇ ਸੋਖ ਦੁੱਖ ਸੁੱਖ ਸਭ ਜਗ੍ਹਾ 'ਤੇ ਪਹੁੰਚਦੇ ਸੀਗੇ। ਔਰ ਉਹਨਾਂ ਦੇ ਨਾਲ ਉਹਨਾਂ ਦੇ ਹਸਬੈਂਡ ਸਰਦਾਰ ਹਰਬੀਰ ਸਿੰਘ ਨਾਲ ਖੜੇ ਹੁੰਦੇ ਸੀ। ਉਹਨਾਂ ਨੇ ਕਦੀ ਵੀ ਉਹਨੂੰ ਇਹ ਨਹੀਂ ਕਿਹਾ ਕਿ ਮੈਂ ਨਹੀਂ ਤੇਰੇ ਨਾਲ ਜਾਣਾ। ਸਾਨੂੰ ਅੱਜ ਵੀ ਉਹ ਚੀਜ਼ ਦੀ ਸੰਭਾਲ ਦਿਸਦੀ ਹੈ ਕਿ ਉਹ ਕਿਸ ਤਰ੍ਹਾਂ ਬੱਚੇ ਜਿਹੜੇ ਗੁਆਂਢੀਆਂ ਦੇ ਬੱਚੇ, ਆਪਣੇ ਬੱਚੇ, ਲੋਕਾਂ ਦੇ ਬੱਚੇ ਅਤੇ ਉਹਨਾਂ ਦੇ ਨਾਲ ਕਿੰਨਾ ਪਿਆਰ ਕਰਦੀ ਸੀ। ਇਹ ਸਿਰਫ ਕਹਿਣ ਅਤੇ ਸੁਣਨ ਦੀ ਗੱਲ ਹੈ, ਅਸੀਂ ਤਾਂ ਵੇਖਦੇ ਆਏ ਹਾਂ ਇੰਨੇ ਸਾਲਾਂ ਤੋਂ। ਸੋ ਉਹ ਬੱਚੇ ਜਿਹੜੇ ਅੱਜ ਜਿਹਨਾਂ ਨੂੰ ਪਿਆਰ ਕਰਦੀ ਸੀ, ਕਿੱਡੇ ਕਿੱਡੇ ਵੱਡੇ ਹੋ ਗਏ ਨੇ। ਇੱਕ ਕੈਨੇਡਾ ਦੇ ਵਿੱਚ ਵਕੀਲ ਹੈ, ਉਹ ਉਹਦੇ ਕੋਲ ਪਿਆਰ ਦੇ ਨਾਲ ਕੇ ਵੱਡਾ ਹੋਇਆ ਸੀ। ਸੋ ਇਹ ਮੇਰੀ ਭੈਣ ਹੈ ਸੁਖਵਿੰਦਰ, ਪਤੀ ਭੈਣ ਜੀ ਜਿਹਨੂੰ ਕਹਿੰਦੇ ਹਾਂ ਅਸੀਂ, ਬਹੁਤ ਹੀ ਪਿਆਰੀ ਸੀ। ਇਹਨਾਂ ਨੇ ਇੱਕ ਬੇਟੀ ਬੀਬੀ ਮਨਪ੍ਰੀਤ ਕੌਰ, ਜਿਹਨੂੰ ਬਹੁਤ ਅੱਛੀ ਤਰ੍ਹਾਂ ਇਹਨੇ ਪੋਸਟ ਗ੍ਰੈਜੂਏਸ਼ਨ ਕਰਵਾਈ, ਇਹਨੂੰ ਹੁਣ ਆਸਟ੍ਰੇਲੀਆ ਵਿਆਹੀ ਗਈ ਹੈ, ਉੱਥੇ ਰਹਿ ਰਹੀ। 2 ਮਹੀਨੇ ਪਹਿਲਾਂ ਆਪਣੀ ਮੰਮਾ ਨੂੰ ਮਿਲਣ ਵਾਸਤੇ ਇੱਕ ਆਸਟ੍ਰੇਲੀਆ ਤੋਂ ਆਈ ਸੀ, ਲੇਕਿਨ ਹੁਣ ਨਹੀਂ ਆ ਸਕੀ, ਇਹ ਉਹਦੀ ਮਜਬੂਰੀ, ਤੁਹਾਨੂੰ ਪਤਾ ਹੀ ਪਰਦੇਸਾਂ ਦੇ ਮਾਮਲੇ। ਸੋ ਸਰਦਾਰ ਹਰਬੀਰ ਸਿੰਘ ਜੀ ਜੋ ਉਹਨਾਂ ਦੇ ਪਤੀ ਹੈ, ਬਹੁਤ ਹੀ ਸਿਆਣੇ ਬੁੱਧੀਜੀਵੀ ਹਨ। ਇਹਨਾਂ ਨੇ ਹਮੇਸ਼ਾ ਹੀ ਤਨ ਮਨ ਧਨ ਦੇ ਨਾਲ ਪੱਪੀ ਦੀ ਸੇਵਾ ਕੀਤੀ। ਉਹਨੂੰ ਜੋ ਪ੍ਰੋਬਲਮ ਆ ਗਈ ਸੀਗੀ, ਉਹ 8 ਸਾਲ ਤੱਕ ਉਹ ਲੜਦੀ ਰਹੀ, ਪਰ ਬੜੀ ਹੱਠੀ ਸੀ। ਉਹਨੇ ਕਦੀ ਵੀ ਮੱਥੇ 'ਤੇ ਵੱਟ ਨਹੀਂ ਸੀ ਪਾਇਆ ਕਿ ਮੈਂ ਇਸ ਪ੍ਰੋਬਲਮ ਤੋਂ ਦੂਰ ਹਾਂ।
ਕਹਿੰਦੇ ਕੋਈ ਗੱਲ ਨਹੀਂ ਮੈਂ ਠੀਕ ਹੋ ਜਾਵਾਂਗੀ, ਇੱਕੋ ਹੀ ਲਫ਼ਜ਼ ਉਹਦੇ ਮੂੰਹ 'ਤੇ ਸੀਗਾ ਕਿ ਅੱਜ ਫਿਕਰ ਨਾ ਕਰੋ ਮੈਂ ਠੀਕ ਹੋ ਜਾਵਾਂਗੀ। ਸੋ ਸਾਨੂੰ ਬਹੁਤ ਦੁੱਖ ਹੋਇਆ, ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਹਾਂ ਉਸੇ ਭੈਣ ਦੀ ਯਾਦ ਵਿੱਚ, ਸਾਰੇ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ। ਪਰਮਾਤਮਾ ਉਸਨੂੰ ਸਵਰਗਾਂ 'ਚ ਵਾਸਾ ਦੇਵੇ, ਅਤੇ ਪਿੱਛੇ ਜਿਹੜੇ ਪਰਿਵਾਰ ਦੇ ਮੈਂਬਰ ਰਿਸ਼ਤੇਦਾਰ ਉਹਨਾਂ ਨੂੰ ਭਾਣਾ ਮੰਨਣ ਦਾ ਬਖਸ਼ ਸੱਚੇ ਪਾਤਸ਼ਾਹ ਜੀ। ਅਸੀਂ ਹੁਣ ਸਰਦਾਰ ਹਰਵੀਰ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਦਸਤਾਰ ਦੇਣਾ ਚਾਹੁੰਦੇ ਹਾਂ। ਸੋ ਪਲੀਜ਼ ਤੁਸੀਂ ਆ ਕੇ ਜਰਾ ਖੜੇ ਹੋ ਜਾਓ ਮਹਾਰਾਜ ਦੀ ਜੀ ਵਿੱਚ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਸੀਨੀਅਰ ਅਕਾਲੀ ਲੀਡਰ ਚਲੇ ਗਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੈਣ ਜੀਆਂ ਦੀ ਅੰਤਮ ਅਰਦਾਸ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਕਰਦਾ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੁਲਾਇਆ ਨੇ ਸਤਿਕਾਰਯੋਗ ਭੈਣ ਜੀ ਅਤੇ ਸਰਦਾਰ ਹਰਵੀਰ ਸਿੰਘ ਜੀ ਦੇ ਸੰਧੂ ਬਾਰੇ, ਜੋ ਉਹਨਾਂ ਦੀ ਕੌਮ ਦੇ ਪ੍ਰਤੀ ਦੇਣ ਹੈ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਔਰ ਇੱਥੇ ਗੱਲ ਚੱਲੀ ਹੈ 18ਵੀਂ ਸਦੀ ਦੇ ਸਿੱਖਾਂ, ਔਰ ਇਹ ਵੀ ਗੱਲ ਹੋਈ ਹੈ ਕਿ ਉਸ ਟਾਈਮ ਦੇ ਉੱਤੇ ਜੋ ਕਿ ਮੁਗਲਾਂ ਨੇ ਜ਼ੁਲਮ ਅਤੇ ਅਤਿਆਚਾਰ ਸਿੱਖ ਕੌਮ 'ਤੇ ਕੀਤੇ ਸਨ, ਜਿਸ ਤਰ੍ਹਾਂ ਉਸ ਟਾਈਮ 'ਤੇ ਸਿੱਖਾਂ ਨੇ ਦ੍ਰਿੜ ਇਰਾਦੇ ਦੇ ਨਾਲ ਜ਼ੁਲਮ ਦੇ ਟਾਕਰੇ ਕੀਤੇ, ਉਸ ਤੋਂ ਬਾਅਦ ਅੱਜ ਦੇ ਸਮੇਂ ਦੀ ਵੀ ਗੱਲ ਹੋਈ ਹੈ ਕਿ ਜੋ ਕੌਮ ਦੇ ਉੱਤੇ ਅਤਿਆਚਾਰ ਅਤੇ ਜ਼ੁਲਮ ਹੋ ਰਹੇ। ਅਸੀਂ ਗੈਰਾਂ ਦੀ ਗੱਲ ਤਾਂ ਕਰਦੇ ਹਾਂ, ਮੁਗਲਾਂ ਦੀ ਗੱਲ ਕਰਦੇ ਹਾਂ, ਅਸੀਂ ਦੂਸਰੇ ਧਰਮਾਂ ਵਾਲਿਆਂ ਦੀ ਗੱਲ ਕਰਦੇ ਹਾਂ ਕਿ ਸਾਡੇ 'ਤੇ ਬਹੁਤ ਅਤਿਆਚਾਰ ਅਤੇ ਜ਼ੁਲਮ। ਦਿੱਲੀ ਤਖ਼ਤ ਦੇ ਉੱਤੇ ਬੈਠੀ ਚਾਹੇ ਮੁਗਲੀਆ ਹਕੂਮਤ ਅਤੇ ਚਾਹੇ ਉਹ ਹਿੰਦੂ ਧਰਮ ਨਾਲ ਸੰਬੰਧਿਤ, ਪਰ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਸਮੁੱਚਾ ਹਿੰਦੂ ਭਾਈਚਾਰਾ ਸਿੱਖ ਧਰਮ ਦੇ ਖਿਲਾਫ ਹੈ। ਪਰ ਜਿਨ੍ਹਾਂ ਤਖ਼ਤ 'ਤੇ ਬੈਠੇ ਲੋਕਾਂ ਨੇ ਜ਼ੁਲਮ ਕੀਤਾ ਹੈ, ਉਹਨਾਂ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਪਰ ਖਾਲਸਾ ਪੰਥ ਜੀ ਆਓ, ਅੱਜ ਜਿਸ ਤਰ੍ਹਾਂ ਅਸੀਂ ਇੱਥੇ ਬੈਠੇ ਇਹ ਵਿਚਾਰਾਂ ਕਰਦੇ ਹਾਂ, ਔਰ ਸਮੁੱਚਾ ਖਾਲਸਾ ਪੰਥ ਜਿੱਥੇ ਵੀ ਬੈਠਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਤੇ ਇਸ਼ਟ ਮੰਨਦਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ, ਦਸ ਗੁਰੂ ਸਾਹਿਬਾਨ, ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪੂਰਨ ਭਰੋਸਾ ਰੱਖਦਾ ਹੈ। ਪਰ ਅਫਸੋਸ ਕਿ ਅੱਜ ਸਾਡੀਆਂ ਪੰਥਕ ਧਿਰਾਂ ਕਹਾਉਣ ਵਾਲੀਆਂ, ਅੱਜ ਜਿਹੜੇ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ, ਅੱਜ ਉਹ ਕਿੱਥੇ ਚਲੇ ਗਏ? ਉਹਨਾਂ ਦੇ ਪੁਰਖਾਏ ਅਸੀਂ ਚੁੱਪ ਕਿਉਂ ਆ? ਅਸੀਂ ਧੜਿਆਂ 'ਚ ਵੜ ਕੇ ਜਿਸ ਤਰ੍ਹਾਂ ਸਰਦਾਰ ਹਰਵੀਰ ਸਿੰਘ ਸੰਧੂ ਇਹ ਆਪਣੀ ਕਲਮ ਦੇ ਰਾਹੀਂ ਕੌਮ ਦੀ ਗੱਲ ਕਰ ਰਹੇ ਨੇ, ਔਰ ਪਾਰਟੀ ਦੇ ਨਾਲ ਚੱਲ ਕੇ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਨੇ। ਸਤਿਕਾਰਯੋਗ ਭੈਣ ਜੀਆਂ ਨੇ ਬਹੁਤ ਇਹਨਾਂ ਦਾ ਜਿਹੜਾ ਉਹ ਸਾਥ ਦਿੱਤਾ, ਕਈ ਵਾਰ ਘਰ ਆਉਣ ਦਾ ਵੀ ਮੌਕਾ ਮਿਲਿਆ, ਔਰ ਜਦੋਂ ਵੀ ਇਹ ਗੱਲ ਚੱਲ ਰਹੀ ਸੀ ਉਹਨਾਂ ਦੇ ਜੋ ਕਿ ਸਰੀਰ ਕਸ਼ਟ ਉਹਨਾਂ ਨੂੰ ਆਏ, ਪਰ ਉਹਨਾਂ ਕਦੇ ਪਰਵਾਹ ਨਹੀਂ ਕੀਤੀ। ਪਰ ਮੈਂ ਸਮਝਦਾ ਹਾਂ ਕਿ ਅੱਜ ਸਰਦਾਰ ਹਰਵੀਰ ਸਿੰਘ ਸੰਧੂ ਨੂੰ ਬਹੁਤ ਵੱਡਾ ਸਦਮਾ ਲੱਗਾ, ਔਰ ਜੋ ਕਿ ਇਕਲੌਤੀ ਪੁੱਤਰੀ ਬੀਬਾ ਮਨਪ੍ਰੀਤ ਕੌਰ ਉਹ ਅੱਜ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਨੇ, ਉਹ ਉੱਥੇ ਕਿਸ ਸਥਿਤੀ ਵਿੱਚ ਬੈਠੇ ਹੋਣਗੇ ਕਿ ਮੇਰੀ ਮਾਤਾ ਦਾ ਭੋਗ ਪੈ ਗਿਆ। ਅੰਤਮ ਅਰਦਾਸ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ, ਪਰ ਗੁਰੂ ਪਿਆਰਿਓ ਜਿੱਥੇ ਅਸੀਂ 18ਵੀਂ ਸਦੀ ਦੇ ਸਿੱਖਾਂ ਦੀ ਗੱਲ ਕਰਦੇ ਹਾਂ, ਉਹਨਾਂ ਜ਼ਾਲਮਾਂ ਦੀ ਗੱਲ ਕਰਦੇ ਹਾਂ, ਜਾਂ ਅੱਜ ਦੇ ਦਿੱਲੀ ਤਖ਼ਤ 'ਤੇ ਬੈਠੇ ਹੁਕਮਰਾਨਾਂ ਦੀ ਗੱਲ ਕਰਦੇ ਹਾਂ, ਪਰ ਕਾਸ਼ ਕਿਤੇ ਸੋਚਿਆ ਜੇ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹਦੀ ਗੁਰਿਆਈ ਨੂੰ ਰੱਦ ਕਰਕੇ ਗੁਰਬਾਣੀ ਦੇ ਗੁੜਕਿਆਂ ਦੇ ਉੱਤੇ 100-100 ਪੰਨਿਆਂ ਦੀ ਭੂਮਿਕਾ ਲਿਖੀ ਜਾ ਰਹੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ, ਇਸ ਤੋਂ ਵੀ ਭੱਜੀ ਸ਼ਬਦਾਵਲੀ ਲਿਖ ਕੇ ਕਿਤਾਬਾਂ ਲਿਖ ਰਹੀ ਹੈ। ਗੁਰੂ ਪਿਆਰਿਓ ਅੱਜ ਸਾਡੇ ਰਾਈਟਰਾਂ ਦੀਆਂ ਕਲਮਾਂ
ਇਧਰ ਕਿਉਂ ਨਹੀਂ ਚੱਲ ਰਹੀਆਂ? ਅੱਜ ਸਾਡੇ ਵਿਦਵਾਨ, ਅੱਜ ਸਾਡੇ ਪ੍ਰਚਾਰਕ, ਅੱਜ ਸਾਡੇ ਰਾਗੀ, ਅੱਜ ਸਾਡੇ ਕ੍ਰਿਸ਼ਨ, ਅੱਜ ਸਾਡੇ ਸੰਤ ਮਹਾਂਪੁਰਸ਼ ਟਕਸਾਲਾ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਚੁੱਪ ਕਿਉਂ ਨੇ? ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਤਿਕਾਰਯੋਗ ਭੈਣ ਜੀਆਂ ਦੇ ਬਾਰੇ ਜੋ ਆਪ ਜੀਆਂ ਨੇ ਸੁਣਿਆ ਪਰਿਵਾਰ ਮਤਲਬ ਹਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਰਦਾਰ ਹਰਬੀਰ ਸਿੰਘ ਬਹੁਤ ਲੰਬੇ ਸਮੇਂ ਤੋਂ ਪਾਰਟੀ ਵਿੱਚ ਰਹਿ ਕੇ ਕੌਮ ਦੀ ਸੇਵਾ ਕਰ ਰਹੇ ਨੇ, ਆਪਣੇ ਕਲਮ ਲਗ ਰੱਖ ਰਹੇ ਨੇ ਤੇ ਗੁਰੂ ਚਰਨਾਂ 'ਚ ਇਹੀ ਅਰਦਾਸ ਬੇਨਤੀ ਜੋਧੜੀ ਹੈ ਕਿ ਸੱਚੇ ਪਾਤਸ਼ਾਹ ਸਤਿਕਾਰਯੋਗ ਭੈਣ ਜੀਆਂ ਕੋਲੋਂ ਇਸ ਸੰਸਾਰ 'ਤੇ ਚੱਲ ਰਿਹਾ ਜੋ ਜਾਣੇ ਅਣਜਾਣੇ ਵਿੱਚ ਸਭ ਭੁਲਾਂ ਉਹ ਭੁਲਾਂ ਹੋਈਆਂ ਹੁੰਦੀਆਂ ਉਹਨਾਂ ਨੂੰ ਨਾ ਚਿਤਾਰ ਲਿਆ ਹੋਇਆ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਸਰਦਾਰ ਹਰਬੀਰ ਸਿੰਘ ਸੰਧੂ ਤੇ ਬੇਟੀ ਤੇ ਉਹਨਾਂ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਇਹ ਜੋ ਅਸਹਿ ਜੋ ਸੱਟ ਹੈ ਇਹ ਸਹਿਣ ਦੀ ਜਿਹੜੀ ਹੈ ਉਹ ਸਮਰੱਥਾ ਬਖਸ਼ਣੀ ਕਿਉਂਕਿ ਜਦੋਂ ਅੱਜ ਸਰਦਾਰ ਹਰਬੀਰ ਸਿੰਘ ਸੰਧੂ ਘਰ ਵਿੱਚ ਜਾਣਗੇ ਤੇ ਕਿਸ ਤਰ੍ਹਾਂ ਜਾਣਾ ਹੈ ਉਹ ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਰਹਿਣਾ ਹੈ ਕਿਉਂਕਿ ਇਹ ਦੁੱਖ ਬੜਾ ਅਸਹਿ ਹੈ ਜੀਵਨ ਸਾਥੀ ਦਾ ਚਲਿਆ ਜਾਣਾ ਚਾਹੇ ਪਤੀ ਚਲਿਆ ਜਾਵੇ ਚਾਹੇ ਪਤਨੀ ਚਲੀ ਜਾਵੇ ਉਹ ਬਹੁਤ ਅਸਹਿ ਦੁੱਖ ਹੁੰਦਾ ਹੈ ਸੋ ਗੁਰੂ ਚਰਨਾਂ 'ਚ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਉਸ ਬੀਬੀ ਨੂੰ ਆਪਣੇ ਚਰਨਾਂ 'ਚ ਅਰਦਾਸ ਨਿਵਾਸ ਬਖਸ਼ਣਾ ਤੇ ਸਰਦਾਰ ਹਰਬੀਰ ਸਿੰਘ ਤੇ ਸਮੁੱਚੇ ਪਰਿਵਾਰ ਨੂੰ ਜਿਸ ਤਰ੍ਹਾਂ ਪਹਿਲਾਂ ਆਪ ਸੇਵਾ ਲੈਂਦੇ ਰਹੇ ਹੋ ਇਸੇ ਤਰ੍ਹਾਂ ਅੱਗੇ ਕੌਮ ਦੇ ਕਲਮ ਦੇ ਰਾਹੀਂ ਅਤੇ ਪਾਰਟੀ ਦੇ ਵਿੱਚ ਵਿਚਰਨ ਦੀ ਜਿਹੜੀ ਆ ਉਸੇ ਤਰ੍ਹਾਂ ਹੀ ਸਮਰੱਥਾ ਬਖਸ਼ਣੀ ਸਿਰ ਤੇ ਨਿਰ ਭਰਿਆ ਹੱਥ ਰੱਖਣ ਅਤੇ ਕੌਮ ਨੂੰ ਸਮਰਥ ਬਖਸ਼ੋ ਕਿ ਅਸੀਂ ਧਰਿਆਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਕਾਸ ਕਿ ਜਿਹੜੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਤੇ ਜਮੀ ਗੁਰੂਆਂ ਨੂੰ ਗੁਰੂਆਂ ਗੁਰਬਾਣੀ ਦੇ ਗੁਰਤਿਆਂ ਦੇ ਵਿੱਚ ਜੋ ਭੂਮਿਕਾ ਲਿਖ ਰਹੇ ਨੇ ਕਿਤੇ ਉਹਨਾਂ ਨੂੰ ਅਸੀਂ ਸਾਹਮਣੇ ਲਿਆ ਸਕੀਏ ਸੋਹਣੀਆਂ ਬੇਨਤੀਆਂ ਕਰਦਾ ਹੈ ਖਿਮਾ ਦਾ ਜਾਚ ਹਾਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਬਹੁਤ ਸਾਰੇ ਜਿਹੜੇ ਗੁਰਮੁਖ ਪਿਆਰੇ ਮੌਜੂਦ ਨੇ ਜਾਂ ਕੁਝ ਹਾਜ਼ਰੀ ਲਵਾ ਕੇ ਚਲੇ ਗਏ ਨੇ ਸਰਦਾਰ ਦਰਸ਼ਨ ਸਿੰਘ ਜੀ ਗੁਰਾਇਆ ਪ੍ਰਧਾਨ ਗੋਕਲ ਪੈਂਟ ਸਰਦਾਰ ਜਸਪਾਲ ਸਿੰਘ ਜੀ ਢਿੱਲੋਂ ਪ੍ਰਧਾਨ ਸਰਦਾਰ ਬਰਕਾਰ ਸਿੰਘ ਜੀ ਰੰਧਾਵਾ ਸਰਦਾਰ ਸਰਬਜੀਤ ਸਿੰਘ ਜੀ ਭੁੱਲਰ ਸਰਦਾਰ ਹਰਜਿੰਦਰ ਸਿੰਘ ਜੀ ਚੈਂਚਲ ਸਰਦਾਰ ਗੁਰਸਰਨ ਸਿੰਘ ਜੀ ਬਿਰਦੀ ਸਰਦਾਰ ਬਲਵੀਰ ਸਿੰਘ ਜੀ ਸੋਢੀ ਸਰਦਾਰ ਅਜੀਤ ਸਿੰਘ ਜੀ ਕੌਂਸਲਰ ਜੋ ਪਾਰਟੀ ਵੱਲੋਂ ਆਗੂ ਸਾਹਿਬਾਨ ਆਏ ਨੇ ਉਹਨਾਂ ਵਿੱਚੋਂ ਸਰਦਾਰ ਸੁਖਜੀਤ ਸਿੰਘ ਜੀ ਕਾਲਾ ਪਗਾਨਾ ਜਿਹੜੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸੱਜਣ ਨੇ ਆਗੂ ਨੇ ਉਹ ਬਹੁਤ ਸੋਹਣੇ ਬੁਲਾਰੇ ਨੇ ਵਧੀਆ ਸ਼ਬਦ ਕਹਿ ਸਕਦੇ ਨੇ ਪਰ ਸਮੇਂ ਦੀ ਨਿਜਾਕ ਨੂੰ ਸਮਝਦਿਆਂ ਹੋਇਆਂ ਮੈਂ ਇਹਨਾਂ ਦੀ ਹਾਜ਼ਰੀ ਲਵਾਉਣਾ ਸਰਦਾਰ ਗੁਰਬਚਨ ਸਿੰਘ ਜੀ ਪਵਾਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸਰਦਾਰ ਅਮਰੀਕ ਸਿੰਘ ਜੀ ਨੰਗਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਰਦਾਰ ਮੋਤਾ ਸਿੰਘ ਜੀ ਨਾਈਵਾਲਾ ਬਰਨਾਲੇ ਤੋਂ ਸਰਦਾਰ ਕੁਲਵੰਤ ਸਿੰਘ ਜੀ ਮਝੈਲ ਕੋਟਲਾ ਗੁਜਰਾਂ ਬੀਬੀ ਕੁਲਵੰਤ ਕੌਰ ਜੀ ਅੰਮ੍ਰਿਤਸਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਿੰਦਰਪਾਲ ਸਿੰਘ ਜੀ ਸੁਗਤ ਚੱਕੀਆ ਸਰਦਾਰ ਪਰਵਿੰਦਰ ਸਿੰਘ ਜੀ ਕਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਜਿੰਦਰ ਸਿੰਘ ਜੀ ਯੂਥ ਫੈਡਰੇਸ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਅਜੈਬ ਸਿੰਘ ਜੀ ਅਭਿਆਸੀ ਬਾਬਾ ਦਰਸ਼ਨ ਸਿੰਘ ਜੀ ਸੇਵਾਦਾਰ ਗੁਰਦੁਆਰਾ ਸਾਹਿਬ ਕਾਲਾ ਸਾਹਿਬ ਇਹਨਾਂ ਵੱਲੋਂ ਮੈਂ ਮਾਫ਼ੀ ਮੰਗਦਾ ਹੋਇਆ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਆਪਣਾ ਸਮਾਂ ਬਤੀਤ ਕੀਤਾ ਕਿ 84 ਤੋਂ ਬਾਅਦ ਅੱਜ ਤੱਕ ਵੀ ਜਿੱਥੇ ਜਿੱਥੇ ਵੀ ਕੌਮ ਨੇ ਕੋਈ ਸੰਘਰਸ਼ ਵਿੱਢਿਆ ਉਹਦੇ ਵਿੱਚ ਮੋਹਰੀ ਹੋ ਕੇ ਜਿਨ੍ਹਾਂ ਨੇ ਆਪਣਾ ਰੋਲ ਨਿਭਾਇਆ ਮੇਰਾ ਕਹਿਣ ਤੋਂ ਮਰਾਦ ਸਰਦਾਰ ਭਾਈ ਮੋਹਨ ਸਿੰਘ ਜੀ ਉਹਨਾਂ ਉਹ ਆ ਕੇ ਆਪਣਾ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਭਾਈ ਮੋਹਨ ਸਿੰਘ ਜੀ ਪ੍ਰਧਾਨ ਯੂਨਾਈਟਡ ਅਕਾਲੀ ਦਲ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਸੁਸ਼ੋਭਿਤ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਭਾਈ ਹਰਬੀਰ ਸਿੰਘ ਜੀ ਸੰਧੂ ਜਿਨ੍ਹਾਂ ਨੂੰ ਅੱਜ ਬਹੁਤ ਵੱਡਾ ਦੁੱਖ
और मुसीबत का पहाड़ जिन्हें डिग गया उन्होंने जीवन साथी भैन सुखेंद्र कौर जी पिछले दिन काल चलाना कर गए। इस दुख में शरीक होने लिए आई गुरु की संगत रिश्तेदार समूह संगीजन और श्रोमणी अकाली दल अमृतसर जिस पार्टी च रह के उन्होंने बड़ा लंबा सेवा की है समूह सज्जन बैठे है संधु साहब बड़ी सेवा वाले और गुरु घर नाल प्यार करने वाले पंथक संघर्ष में समर्पित शख्सियत ने और इस पिछे भी बीबी जी का हाथ है। आज की सरकार पिछे बीत गई उस वेले सूर सिंह का एक रिहाइया का मोर्चा से सवेरे सवेरे ही तकरीबन कोई 3:30 बजे पुलिस ने मैनू भी चक लिया इन्होंने भी चक लिया बीबी जी थाने आ अजय मैं इनान कर लिया मैं क्या इनान करके तुरंगे इन्होंने इनान भी ना किया उस तरह ही लफाफे गुड़का साहब तो लैके बी डिवीजन एस एच ओ के उस दफ्तर के जो वाला मेज से उन्हें लिया के रखा थले कपड़ा विछा के मैं क्या की जी ने कहते जी गुड़का साहब ने मैं तो जितने भी नहीं किया इनान भी नहीं कर दिता तो थोड़ा चिर बैठे मैं कोई नहीं शनान का प्रबंध करवाने कोई आता दे सो उन्हें एस एच ओ के दफ्तर से बैठे सर कह लगे नितनेम का वेला लंघता जाता है मैं नितनेम ना कर लवान शनान बाद कर लागे मैं और थोड़ी मौज उत नितनेम कर लग गए। बड़ा मन खुशी हुई कि ऐसे गुरसिख साधे पंथ शख्सियत पंथ की सेवा में समर्पित ने और बाद गली लग गए मैं पूछा भैन जी का की हाल है कहता अज पॉइंट लई हुई सी अपॉइंटमेंट से डॉक्टर को अब दाखिल होना से उन्होंने तो ही लै आया सवेरे सवेरे उन्हें जब एस एच ओ आया मैं क्या यार इन्होंने घर की बीमार है उन्हें डॉक्टर को अपॉइंटमेंट ली है ऑपरेशन का मसला आ मामला तो तुम इन बेचारे को जान दो जाके अपना काम करे काफ़ी देर उदू तह आ गया से कह लगा जी मेरे बस नहीं वाला अवसर आएगा तो उन्हें गल कर दे मैं क्या गल करा दे किसी न कुदरती काफ़ी समा बीत गया तो उत्थे एक डी सी पी आ गया सानू मिलने वास्ते तो मैं क्या भी यहाँ पहला तो आ मसला है वो सरदार से कह लगा मेरे बस नहीं तो थाने अफसर को कह दे फोन पर वो हिंदू से मैं क्या तेरे बस नहीं एडे वे अफसर दे तो वो कर देगा कहना जी मैं तुम जो कह सकता हाँ कहता असी फोन पर अभी क्या गल करा तो मैं क्या गल कराई तो कहें भेजो हूँ ये घर रब हरेक वसदा कितने वसदा तो मुड़ के उन्हें मुड़ते फोन से मुआफ़ी मंगी कहता जी मैंने इस गल की जानकारी नहीं सी हरे वाले पुलिस वाले अफसर उन्होंने कहता जी मैं उन्होंने झाड़ झम करना एक बीबी की ये मतलब हालत है तो तुम इस तरह क्यों किया तो मैं इस सिख का उदू वेख्या जीवन मैं कहता कि अपॉइंटमेंट छोड़ो परमात्मा के हुक्म से आप रब उनकी राखी करेगा जो छुट के आवेंगे फिर लै जाएंगे हस्पताल में अपॉइंटमेंट की जो हो रिश्तेदार सज्जे खब्बे मैं किसी ने फोन कर देना यानी कि दृढ़ता के नाल विश्वास के नाल उ खड़ा कहता हो सकता मेरे तो वधिया इलाज हो जाए मैं वह जहाँ ना करा सकता मैं रहन दो इतने पर मैं तुहानू गल तां सुनाई कि गुरसिखां विच परमात्मा वसदा है मैं गल लंबी नहीं कर रही साड़ी भैन चली गई बीबियां दे सिर ते साडा पंथ खड़ा जिहड़ी नहीं ते 18वीं सदी की गल आई है ते जे कदे 21वीं सदी की गल तोर नहीं जावे ते गुरु ग्रंथ साहिब दे बेअदबी भी साडियां सरकारां जी होई और उस बेअदबी नूं लभण वाले बंदियां नूं फड़ फड़ के जेलां च डक दिओ ਤੇ ਜਿਹੜੇ ਬੇਅਦਬੀ ਕਰਨ ਵਾਲੇ ਉਹ ਖੁੱਲ੍ਹੇ ਗੱਡੀਆਂ 'ਚ ਘੁੰਮਣ ਮੌਜਾਂ ਮਾਰਨ ਉਹਨੂੰ ਬਾਡੀਗਾਰਡ ਦੇ ਦਿਓ ਇਹ ਵੀ 18ਵੀਂ ਸਦੀ ਦੀ 21ਵੀਂ ਸਦੀ ਤੱਕ ਆਉਂਦਿਆਂ ਸਾਡੇ ਹਾਲਾਤ ਨੇ ਸਾਡੀ ਕੌਮ ਦੇ ਅਸੀਂ ਦੇਖ ਰਹੇ ਹਾਂ ਉਸ ਔਰਤ ਨੇ ਉਸ ਭੈਣ ਸਾਡੀ ਨੇ ਉਸ ਬੀਬੀ ਨੇ ਜਿਸ ਸਿੱਧਤ ਨਾਲ ਜ਼ਿੰਦਗੀ ਵਿੱਚ ਆਪਣਾ ਸਫ਼ਰ ਪੰਥ ਨੂੰ ਸਮਰਪਿਤ ਕਰਕੇ ਜੀਵਿਆ ਉਹ ਮਹਾਨ ਹੈ ਔਰ ਐਸੀਆਂ ਬੀਬੀਆਂ ਦੀ ਸਾਡੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਔਰ ਸੰਸਾਰ ਵਿੱਚ ਕਿਸੇ ਸਮਾਜ ਦੀ ਸਿਰਜਣਾ ਦੀ ਇੱਕ ਮੁੱਖ ਧੁਰਾ ਹੈ और अज दीआं बीबियां भैणां नूं इस नूं अपने हाथ संभाल के रखना चाहिए
और संघेड़ा साहब ने सरदार रणजीत सिंह ने जी गल कही सी मुठ विच इह बहुत वड्डी गल है, बहुत वड्डी जिम्मेवारी है। बीबी दे सिर ते घर हुंदा है, सारे समाज नूं कठिया रखना, परिवार नूं कठिया रखना, परिवार दीआं चीज़ां दी जरूरतां नूं ख्याल रखना। जिस घर विच औरत ना आवे उस घर दे हालात की हुंदे आ, रसोई दीआं चीज़ां ड्रैइंग रूम च, ड्रैइंग रूम वालीआं चीज़ां मतलब कि कमरे च, कमरे दीआं चीज़ां बाथरूम च, बाथरूम दीआं चीज़ां रसोई दे दरवाजे अगे पईआं हुंदीआं। ਜੇ ਉੱਥੇ ਇੱਕ ਔਰਤ ਉੱਤੇ ਹਰ ਚੀਜ਼ ਆਪੋ ਆਪਣੇ ਟਿਕਾ ਤੇ ਆਪੋ ਆਪਣੀ ਥਾਂ ਤੇ ਸੁਹੱਪਣ ਨਾਲ ਹਰ ਚੀਜ਼ ਉਹ ਘਰ ਸੋਹਣਾ ਲੱਗਣ ਲੱਗ ਜਾਂਦਾ। ਉਹਦੀ ਸਮੂਲੀਅਤ ਹੀ ਇੰਨੀ ਵੱਡੇ ਵਜਨ ਪਰਮਾਤਮਾ ਨੇ ਪਾਇਆ ਹੋਇਆ, ਸਤ ਸੰਤੋ ਦਇਆ ਹਿਮਾ ਧੀਰ ਤੇ ਅਹਿੰਸਾ, ਇਹ ਸਾਰੇ ਗੁਣ ਨੇ। ਮਿੱਠਾ ਬੋਲਣਾ, ਠੰਡਾ ਬੋਲਣਾ, ਕੁਦਰਤ ਨੇ ਉਹਨੂੰ ਆਵਾਜ਼ ਵੀ ਦੂਜੇ ਨਾਲੋਂ ਮਨੁੱਖ ਨਾਲੋਂ ਚੰਗੀ ਮਿੱਠੀ ਦਿੱਤੀ ਹੋਈ ਹੈ। ਉਹਦਾ ਗਲਾ ਹੀ ਪਰਮਾਤਮਾ ਨੇ ਇਹੋ ਜਿਹਾ ਬਣਾਇਆ ਹੋਇਆ। ਜਿਹਨੇ ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗੀ ਤੱਕ ਦੇ ਸਾਰੀਆਂ ਮਰਜ਼ਾਦਾ, ਸਾਰੇ ਸਿਸਟਮ, ਵਿਆਹ ਦੇ, ਸ਼ਾਦੀ ਦੇ, ਮਰਨੇ ਦੇ, ਦੁੱਖ ਸੁੱਖ ਦੇ ਸਾਰੇ ਉਹਨੇ ਕਹਿਣ ਮੁਤਾਬਕ ਹੁੰਦੇ ਹੈ। ਇਹ ਸਾਡੇ ਸਮਾਜ ਨੂੰ ਅੱਗੇ ਵਧਾਉਣ ਵਾਲੀ ਚੀਜ਼ ਸੀ, ਪਰ ਇਹ ਸਾਡੇ ਵੀਰ ਕੋਲੋਂ ਵਿਛੜ ਗਈ। ਅਰਦਾਸ ਹੀ ਕਰ ਸਕਦੇ ਹਾਂ ਸਤਿਗੁਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਲਈ। ਮੈਂ ਸੰਧੂ ਸਾਹਿਬ ਨਾਲ ਵੀ, ਉਹਨਾਂ ਦੀ ਪਾਰਟੀ ਨਾਲ ਵੀ, ਪਰਿਵਾਰ ਨਾਲ ਵੀ, ਸਾਥੀਆਂ ਨਾਲ ਵੀ ਸਤਿਗੁਰ ਸਾਂਝਾ ਕਰਦਾ ਹੋਇਆ ਜਥੇਬੰਦੀ ਵੱਲੋਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਕਹੇ ਸਰਦਾਰ ਭਾਈ ਮੋਹਨ ਸਿੰਘ ਜੀ ਨੇ ਦੇਖੋ ਉਹਨਾਂ ਦੀ ਤਾਰੀਫ ਕਰਤੀ। ਸਿੱਖ ਨਹੀਂ ਭੁੱਲਦੇ, ਸਿੱਖ ਨਵਾਬ ਮਲੇਰਕੋਟਲੇ ਵਾਲੇ ਨੂੰ ਨਹੀਂ ਭੁੱਲਦੇ, ਸਿੱਖ ਮੀਆਂ ਮੀਰ ਨੂੰ ਨਹੀਂ ਭੁੱਲਦੇ। ਸਿੱਖ ਉਹ ਸੰਵਿਧਾਨ ਤੇ ਆਪਣਾ ਜੀਵਨ ਬਸਰ ਕਰਦੇ ਨੇ ਜੋ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪੈਂਡਾ ਚੱਲ ਸਤਿਗੁਰ ਕਰੋੜ ਕੋੜ ਪਿੰਡਾਂ ਆਗੇ ਹੋਏ ਲੈ ਲੇਤ ਹੈ। ਜਿਹੜਾ ਕੋਈ ਸਿੱਖਾਂ ਵੱਲ ਜਾਂ ਗੁਰੂ ਵੱਲ ਇੱਕ ਵੀ ਕਦਮ ਵਧਾਉਂਦਾ ਹੈ, ਸਿੱਖ ਉਸ ਦਾ ਅਹਿਸਾਨ ਨਹੀਂ ਕਦੇ ਵੀ ਭੁਲਾਉਂਦੇ। ਸੋ ਇਹ ਵੀ ਸਾਡਾ ਇਤਿਹਾਸ ਹੈ। ਸੋ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਮੈਂ ਜੋ ਰਾਗੀ ਸਿੰਘਾਂ ਨੇ ਕੀਰਤਨ ਦੇ ਸ਼ਬਦ ਜਿਹੜੇ ਬਹੁਤ ਸੋਹਣੇ ਪੜ੍ਹੇ, ਭਾਵੇਂ ਸਾਰੀ ਗੁਰਬਾਣੀ ਸੋਹਣੀ ਹੈ, ਪਰ ਜਿਹੜਾ ਕਲਾ ਹੈ, ਜਿਹੜਾ ਗੁਰ ਰਿਹਾ ਹੁੰਦਾ ਕਿਸੇ ਦਾ, ਉਹ ਵਿਸ਼ੇਸ਼ ਹੁੰਦਾ ਹੈਗਾ, ਉਹ ਪਰਾਸ, ਉਹ ਜੋ ਸਾਡਾ ਸਰੋਤਿਆਂ ਦੇ ਵਿੱਚ, ਸੰਗਤ ਦੇ ਵਿੱਚ ਭਰਦਾ ਹੈ। ਬਹੁਤ ਬਹੁਤ ਧੰਨਵਾਦ। ਅਤੇ ਸੰਧੂ ਸਾਹਿਬ ਵੱਲੋਂ ਦੱਸਿਆ ਗਿਆ ਸੀ ਕਿ ਜੋ ਪਰਿਵਾਰਕ ਮੈਂਬਰ ਨੇ, ਸੋਨੂ ਜੀ, ਪ੍ਰਿੰਸ ਸਾਧੂ ਧਰਮ ਅਰੁਪਾਲ ਜੀ, ਇਹਨਾਂ ਨੇ ਬੀਬੀ ਜੀ ਦੀ ਬਹੁਤ ਸੇਵਾ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਬੀਬੀ ਮਨਪ੍ਰੀਤ ਕੌਰ ਜੀ ਜੋ ਨਿਊਜ਼ੀਲੈਂਡ ਦੇ ਵਿੱਚ ਨੇ, ਉਹ ਥੋੜ੍ਹੇ ਦਿਨ ਪਹਿਲਾਂ ਹੀ ਚਲੇ ਗਏ ਸੀਗੇ, ਅਤੇ ਉਹ ਵੀ ਅੱਜ ਵੀਡੀਓ ਕਾਲ 'ਤੇ ਆ ਸਾਰਾ ਜੋ ਸਮਾਗਮ ਹੈ ਉਹ ਦੇਖ ਰਹੇ ਨੇਗੇ। ਸਾਡੇ ਬਹੁਤ ਹੀ ਸਤਿਕਾਰਯੋਗ ਜਿਹਨਾਂ ਨੂੰ ਹੁਣ ਮਜਬੂਰੀ ਹੋਏਗੀ ਹੈ ਪਰਾਉਣ ਦੀ, ਜਿਹਨਾਂ ਦੇ ਵਿੱਚੋਂ ਸਰਦਾਰ ਜਸਵੀਰ ਸਿੰਘ ਜੀ ਪੱਟੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਇੰਦਰਜੀਤ ਸਿੰਘ ਜੀ ਵਾਸਰ ਕੇ, ਉਹਨਾਂ ਵੱਲੋਂ ਵੀ ਖਿਮਾ ਮੰਗਦੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਇਕਬਾਲ ਸਿੰਘ ਜੀ ਟਵਾਣਾ, ਜੋ ਸਿਆਸੀ ਸਲਾਹਕਾਰ ਨੇ, ਜੋ ਬਹੁਤ ਵੱਡੀ ਦੇਣ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਹਿਯੋਗ ਦੇ ਰਹੇ ਨੇ, ਉਹ ਵੀ ਇੱਥੇ ਬਿਰਾਜਮਾਨ ਨੇ। ਸਰਦਾਰ ਗੁਰਨੈਬ ਸਿੰਘ ਜੀ ਰਾਮਪੁਰਾ, ਜਥੇਬੰਦ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ। ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰੀ, ਜੋ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਦੇ, ਮੈਂਬਰ ਨੇ SGPC ਦੇ। ਸਰਦਾਰ ਕੁਲਦੀਪ ਸਿੰਘ ਜੀ ਭਾਗੋਵਾਲ, ਜੋ ਜ਼ਿਲ੍ਹਾ ਪ੍ਰਧਾਨ ਨੇ ਮੋਹਾਲੀ ਦੇ। ਇਹ ਸਾਰੇ ਗੁਰਮੁਖਾਂ ਤੋਂ ਮੈਂ ਖਿਮਾ ਮੰਗਦਾ ਹੋਇਆ, ਸਰਦਾਰ ਪਲਵਿੰਦਰ ਸਿੰਘ ਜੀ ਰਾਣਾ ਸਾਬਕਾ ਕੌਂਸਲਰ, ਉਹਨਾਂ ਦਾ ਵੀ ਧੰਨਵਾਦ। ਅਖੀਰ ਦੇ ਵਿੱਚ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੇ ਵੱਲੋਂ, ਜੋ ਪਾਰਟੀ ਦੇ ਜਨਰਲ ਸਕੱਤਰ ਹਾਜ਼ਰ ਲਗਾਉਣਗੇ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ। ਬਸ ਥੋੜ੍ਹਾ ਸਮਾਂ ਮੈਂ ਹੋਰ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਇਸੇ ਤਰ੍ਹਾਂ ਸਜਣ ਦੀ ਕਿਰਪਾਲਤਾ ਕਰੋ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜਨਰਲ ਸਕੱਤਰ ਸੋਂ ਇਸ ਵਿਰਾਗ ਲਈ ਅਰਦਾਸ ਸਮਾਗਮ ਦੇ ਵਿੱਚ ਇਕੱਤਰ ਹੋਏ ਸਮੂਹ ਖਾਲਸਾ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੀਬੀ ਸੁਖਵਿੰਦਰ ਕੌਰ ਜੀ, ਸਰਦਾਰਨੀ ਸਾਹਿਬਾ, ਸਰਦਾਰ ਹਰਵੀਰ ਸਿੰਘ ਜੀ ਸੰਧੂ, ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇੱਕ ਜੀ ਦੇ ਜਾਣ ਨਾਲ ਦੋ ਪਰਿਵਾਰਾਂ ਦੇ ਵਿੱਚੋਂ ਇੱਕ ਜੀ ਚਲਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ, ਇਹ ਪਾਰਟੀ ਦੇ ਤੌਰ 'ਤੇ ਤਾਂ ਵਿਚਰ ਰਿਹਾ ਸਾਰੇ ਸੰਸਾਰ ਦੇ ਵਿੱਚ,
ਪਰ ਇਸ ਤੋਂ ਵੱਧ ਅਸੀਂ ਇੱਕ ਪਰਿਵਾਰ ਦੇ ਤੌਰ 'ਤੇ ਵੀ ਵਿਚਰ ਰਹੇ ਹਾਂ। ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਇੱਕ ਜੀ ਸਰਦਾਰਨੀ ਸਾਹਿਬਾ ਅੱਜ ਚਲੇ ਗਏ ਨੇ, ਜਿਨ੍ਹਾਂ ਦੀ ਅਰਦਾਸ ਕਰਨ ਲਈ ਅਸੀਂ ਇਕੱਤਰ ਹੋਏ ਹਾਂ, ਜਿੱਥੇ ਪਰਿਵਾਰਕ ਤੌਰ 'ਤੇ ਸਰਦਾਰ ਸੰਧੂ ਸਾਹਿਬ ਜੀ ਦਾ ਜੀਵਨ ਸਾਥੀ ਚਲਾ ਗਿਆ, ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਇੱਕ ਵਿਚਾਰਧਾਰਕ ਮੈਂਬਰ ਚਲਾ ਗਿਆ। ਸੋ ਇਹ ਵਿਰਾਗ ਸਾਨੂੰ ਹੈ ਅਤੇ ਰਹੇਗਾ। ਇੱਥੇ ਬਹੁਤ ਵਧੀਆ ਗੱਲਾਂ ਮੇਰੇ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਸੰਘੇੜਾ ਨੇ ਇੱਕ ਇਤਿਹਾਸ ਹੀ ਸਿੱਖਾਂ ਦਾ ਸਾਹਮਣੇ ਰੱਖ ਦਿੱਤਾ। ਭਾਈ ਮੋਹਕਮ ਸਿੰਘ ਜੀ ਨੇ, ਸਿਰਸਾ ਸਾਹਿਬ ਨੇ ਆਪਣੇ ਜਜ਼ਬਾਤ, ਬੀਬੀ ਜੀ ਨੇ, ਸੰਦੀਪ ਕੌਰ ਜੀ ਨੇ, ਖਾਲਸਾ ਜੀ ਨੇ, ਸਾਰਿਆਂ ਨੇ ਬੜੇ ਤਰੀਕੇ ਦੇ ਨਾਲ ਆਪਣੇ ਹਾਵ ਭਾਵ ਆਪ ਜੀ ਨਾਲ ਸਾਂਝੇ ਕੀਤੇ ਨੇ। ਖਾਸ ਕਰਕੇ ਉਦੋਂ ਮਨ ਨੂੰ ਬੜੀ ਸੰਤੁਸ਼ਟੀ ਹੋਈ ਹੈ ਜਦੋਂ ਸੁੱਚੀਆਂ ਬੀਬੀਆਂ ਜਿਹੜੀਆਂ ਸਾਡੀ ਭੈਣ ਦੇ ਨਾਲ ਲੰਮਾ ਸਮਾਂ ਵਿਚਰ ਕੇ ਉਹਨਾਂ ਦੇ ਰੋਜ਼ ਦਾ ਸੁਭਾਅ ਅਤੇ ਕਰਨੀ ਦੇ ਬਾਰੇ ਦੱਸ ਕੇ ਵੀ ਗਏ ਅਤੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਫਰਜ਼ ਨਿਭਾਇਆ ਕਿ ਉਹ ਸਰਦਾਰ ਹਰਵੀਰ ਸਿੰਘ ਜੀ ਨੂੰ ਇਸ ਦੁੱਖ ਦੇ ਸਮੇਂ ਦੇ ਵਿੱਚ ਇੱਕ ਇਤਿਹਾਸਕ ਸਿਰੋਪਾ ਦੇ ਕੇ ਇੱਕ ਪਰਿਵਾਰ ਦਾ ਅਹਿਸਾਸ ਮਹਿਸੂਸ ਕਰਵਾ ਕੇ ਗਏ ਨੇ। ਇਹ ਵਿਲੱਖਣਤਾ ਵੀ ਕਿਸੇ ਕਿਸੇ ਦੇ ਮਤਲਬ ਕਿ ਝੋਲੀ 'ਚ ਪੈਂਦੀ ਹੈ, ਇਸੇ ਆਉਂਦੀ ਹੈ। ਸੋ ਮੈਂ 2 ਮਿੰਟ ਵਿੱਚ ਹੀ ਆਪਣੀਆਂ ਗੱਲਾਂ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਾਂ ਬਹੁਤ ਹੋ ਗਿਆ, ਗਰਮੀ ਹੈ। ਕਿ ਜੋ ਸਰਦਾਰ ਸੰਧੂ ਪਰਿਵਾਰ ਕਰ ਹੈ, ਕਰਦਾ ਆ ਰਿਹਾ, ਇਹਨੂੰ ਸਤਹੀ ਰੂਪ ਦੇ ਵਿੱਚ ਨਹੀਂ ਦੇਖਣਾ ਚਾਹੀਦਾ। ਤੁਸੀਂ ਸਾਰੇ ਸਿੱਖ ਪੰਜਾਬੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜ ਕੇ ਬੈਠੇ ਹੋਏ ਲੋਕ ਹੋ। ਜੇ ਅਸੀਂ ਇੱਕ ਪ੍ਰਤੀ ਦੇਖਾਂਗੇ, ਬਹੁਤ ਪਰਿਵਾਰ ਇਸ ਜ਼ਮਾਨੇ ਦੇ ਵਿੱਚ ਹਨ ਜਿਨ੍ਹਾਂ ਦਾ ਆਦ ਅਤੇ ਅੰਤ ਚਾਰ ਜੀਆਂ ਦੇ ਬਾਰੇ ਸੋਚਣ ਤੋਂ ਉੱਪਰ ਨਹੀਂ ਉੱਠਦਾ। ਪਰ ਜੋ ਸਾਨੂੰ ਸਾਡੇ ਗੁਰੂ ਦੀ ਸਿੱਖਿਆ, ਉਹਦੇ ਵਿੱਚ ਸਾਡਾ ਜਿਹੜਾ ਇੱਕ ਪੰਥਕ ਪਰਿਵਾਰ ਹੈ, ਜਿਹੜਾ ਇੱਕ ਕੌਮੀ ਪਰਿਵਾਰ ਹੈ, ਉਹਦੇ ਬਾਰੇ ਵੀ ਤੁਸੀਂ ਓਨਾ ਹੀ ਸੋਚੋ ਜਿੰਨਾ ਆਪਣੇ ਪਰਿਵਾਰ ਦੇ 4 ਜਾਂ 6 ਜੀਆਂ ਬਾਰੇ ਸੋਚਦੇ ਹੋ। ਇਹ ਵਿਲੱਖਣਤਾ ਸੰਧੂ ਪਰਿਵਾਰ ਦੇ ਵਿੱਚ ਹੈ, ਸਰਦਾਰ ਹਰਵੀਰ ਸਿੰਘ ਸੰਧੂ ਦੇ ਪਰਿਵਾਰ ਦੇ ਵਿੱਚ ਹੈ। ਗੁਰੂ ਕਰੇ ਇਹ ਲਗਾਤਾਰ ਚੱਲਦੀ ਰਹੀ, ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨੇ ਅਬੈ ਸੁਨਾਬ ਸਮੁੰਦਰ ਮੇਂ ਕਿਆ ਜਾਣਾ ਕਿਆ ਹੋ। ਤੁਸੀਂ ਜਿੰਨੀ ਮਰਜ਼ੀ ਸੇਵਾ ਕਰੋ ਮੁਬਾਰਕ ਹੈ, ਪਰ ਜਦੋਂ ਤੱਕ ਬੀਬੀ ਸੁਖਵਿੰਦਰ ਕੌਰ ਜੀ ਆਪਣੀ ਨਿਭਾ ਗਏ ਉਹ ਡੋਲੇ ਨਹੀਂ। ਅਤੇ ਭਗਤ ਕਬੀਰ ਜੀ ਇੱਕ ਹੋਰ ਬੜੀ ਵਧੀਆ ਤੁੱਕ ਨਾਲ, ਸਾਰੀਆਂ ਤੁੱਕਾਂ ਹੀ ਵਧੀਆ ਨੇ ਸਾਡੇ ਮੂੰਹੇ, ਗਲਤ ਬੋਲਿਆ ਜਾਂਦਾ ਹੈ, ਇੱਕ ਤੁੱਕ ਰਾਹੀਂ ਸਾਨੂੰ ਸੰਬੋਧਨ ਕਰਦੇ ਹੋਏ ਦੱਸਦੇ ਨੇ, ਕਹੋ ਕਬੀਰ ਛੂਛਾ ਘੱਟ ਬੋਲਦਾ, ਭਰਿਆ ਹੋਏ ਸੋ ਕਬੂ ਨਾ ਡੋਲਦਾ। ਸਿਮਰਨਜੀਤ ਸਿੰਘ ਮਾਨ ਦੀ ਗੱਲ ਚੱਲਦੀ ਹੈ, ਉਹਨਾਂ ਦੀ ਪਾਰਟੀ ਦੀ ਗੱਲ ਚੱਲਦੀ ਹੈ, ਦੁਨਿਆਵੀ ਗੁਸਾਬ ਦੀ ਇੰਨੀ ਕੁ ਕਿਰਪਾ ਹੈ ਕਿ ਉਹ ਭਰੇ ਹੋਏ ਨਹੀਂ, ਉਹ ਜਾਣਦੇ ਨੇ ਕਿ ਉਹਨਾਂ ਦਾ ਫਰਜ਼ ਕੀ ਹੈ। ਕਹੋ ਕਬੀਰ ਛੂਛਾ, ਜਿਹੜਾ ਘੜਾ ਥੋੜ੍ਹਾ ਜਿਹਾ ਉੱਤੋਂ ਊਣਾ ਹੁੰਦਾ ਹੈ ਨਾ, ਰਾਜਸਥਾਨ 'ਚ ਹੁਣ ਵੀ ਹੈ, ਆਪਣੇ ਪੰਜਾਬ 'ਚ ਪਹਿਲਾਂ ਸੀ, ਜਦੋਂ ਘੜਾ ਲੈ ਕੇ ਜਾਂਦੀਆਂ ਨੇ ਨਾ ਬੀਬੀਆਂ, ਤਾਂ ਧਿਆਨ ਨਾਲ ਕਦੇ ਦੇਖਿਓ ਡਿਸਕਵਰੀ ਕਵਰ ਦੇ ਉੱਤੇ, ਜਿਹੜੇ ਘੜੇ ਦੇ ਵਿੱਚ ਉੱਤੋਂ ਪਾਣੀ ਘੱਟ ਹੁੰਦਾ ਹੈ, ਭਾਵ ਉਹ ਊਣਾ ਹੁੰਦਾ ਹੈ, ਕਿਸੇ ਗੱਲੋਂ ਘਾਟ ਹੁੰਦਾ ਹੈ, ਉਹ ਡੋਲਦਾ ਹੈ ਜਿਹਦੇ ਵਿੱਚ ਪਾਣੀ ਪੂਰਾ ਹੁੰਦਾ, ਭਰਿਆ ਹੋਏ ਸੁਗਮ। ਉਹ ਇੱਕ ਘੜੇ ਉੱਪਰ 6 ਘੜੇ ਵੀ ਰੱਖ ਲੈਂਦੀਆਂ ਨੇ ਅਤੇ ਬੜੇ ਆਰਾਮ ਨਾਲ ਬਿਨਾਂ ਹੱਥਾਂ ਦੇ ਲਾਇਆ ਉਹ ਤੁਰੀਆਂ ਜਾਂਦੀਆਂ ਨੇ। ਕਿਉਂ? ਕਿਉਂਕਿ ਉਹ ਭਰੇ ਹੋਏ ਨੇ, ਉਹਨਾਂ ਨੂੰ ਇੱਕ ਵਿਸ਼ਵਾਸ ਹੈ, ਜਿਹਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੈ ਉਹ ਡੋਲ ਨਹੀਂ ਸਕਦਾ। ਸਰਦਾਰ ਹਰਵੀਰ ਸਿੰਘ ਸੰਧੂ ਉਹਨਾਂ 'ਚੋਂ ਇੱਕ ਨੇ, ਜਿਹੜੇ ਆਪਣੀ ਕੀਮਤੀ ਲਿਖਤ ਦੇ ਰਾਹੀਂ 1-2 ਮਹੀਨੇ ਬਾਅਦ ਇੱਕ ਆਪਣੇ ਖਰਚੇ 'ਤੇ, ਬਹੁਤ ਮੁਸ਼ਕਲ ਹੁੰਦਾ ਇੱਕ ਸੰਘਰਸ਼ੀ ਪਾਰਟੀ ਨਾਲ ਜੁੜ ਕੇ, ਤੁਸੀਂ ਜਦੋਂ ਕੋਈ ਲਿਖਤ ਸੰਪੂਰਨ ਕਰਦੇ ਹੋ, ਅੱਜ ਅਖਬਾਰਾਂ ਵਿਕੀਆਂ ਹੋਈਆਂ ਨੇ, ਅੱਜ ਮੈਗਜ਼ੀਨ ਵਿਕੇ ਹੋਏ ਨੇ, ਅੱਜ ਟੈਲੀਵਿਜ਼ਨ ਵਿਕੇ ਹੋਏ ਨੇ, ਅੱਜ ਸਾਰਾ ਕੁਝ ਵਿਕਿਆ ਹੋਇਆ, ਪਰ ਪੰਜਾਬੀ ਵਰਲਡ ਟੈਲੀਵਿਜ਼ਨ ਕਿਉਂ ਨਹੀਂ ਵਿਕਿਆ? ਜਾਂ ਇਹੋ ਜਿਹੇ 4-6 ਬੀਬੀ ਜੋੜੇ ਬੈਠੇ ਨੇ, ਸੰਦੀਪ ਕੌਰ, ਸਰਦਾਰ ਬਲਜੀਤ ਸਿੰਘ ਖਾਲਸਾ ਚਲਾ ਰਹੇ ਨੇ, ਜਾਂ ਇਹੋ ਜਿਹੇ 3-4 ਜਿਹੜੇ ਮੈਗਜ਼ੀਨ ਨੇ, ਉਹ ਕਿਉਂ ਨਹੀਂ ਵਿਕੇ? ਕਿਉਂਕਿ ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਸਿਧਾਂਤਕ ਪਕੜ ਦੀ ਪਹਿਚਾਣ ਹੈ, ਪਿਆਰ ਹੈ, ਜਿਹੜਾ ਉਹਨਾਂ ਦੀ ਇੱਕ ਡਿਊਟੀ ਲੈ ਕੇ ਚੱਲ ਰਹੇ ਨੇ। ਇਹ ਮੈਂ ਗੱਲ ਕਹਿ ਰਿਹਾ ਸੀ ਕਿ ਉਹ 4-6 ਜੀਆਂ ਦੇ ਪਰਿਵਾਰ ਤੋਂ ਅੱਗੇ ਜਾ ਕੇ ਵੀ ਆਪਣੇ ਪਰਿਵਾਰ ਨੂੰ ਸਮਝਦੇ ਨੇ। ਸੋ
मैं पहला भी ये गल कह कि सरदार हरबीर सिंह संधू जिस तरह भी पार्टी नाल, पार्टी का मतलब कौम नाल तुरे ने बिना शक बीबी सुखविंदर कौर जी का पूर्ण तौर पर बराबर का हिस्सा है। तो साड़ी बेटी जी अज न्यूजीलैंड बैठी है उसका भी बराबर का हिस्सा है। कोई सानू ये नहीं है कि वह मजबूरी च नहीं आ सकी, असी रोकिया, असी अकाल पुरख के भाणे नूं मनदे हां। परिवारक तौर पर असी बेटी को दो दिन पहला बीबी जी के डैथ तो दो दिन पहले ही अजय न्यूजीलैंड तीन दिन पहला उतरी सी। सो असी इस चीज़ को वो दो महीने रह के गई है भी अपनी मदर की सेवा करके गई है। असी विराग में तो हाँ पर असी इस बुखलाट में नहीं हाँ कि यह कोई अकाल पुरख के हुक्म तो अलहदा गल हो गई है। असी इस हुक्म मनते हाँ तुसी सारे, असी सारे ते हुक्म रहण की जिहड़ी एक बेनती है वह अज अरदास चौधरी जी महाराज सच्चे पातशाह ने अगे की है। मैं सरदार सिमरनजीत सिंह जी मान वालों क्योंकि वह परसों आकर के परिवार नाल दुख साझा करके गए सी, उचेचे तौर पर साडा फर्ज बनता है। अज उन्हां दी फतेहगढ़ साहब कोर्ट के तरीक होने करके बड़ी क्रूशियल तरीक है, फैसले उपर खड़ी है तरीक। 73 केस सरदार सिमरनजीत सिंह जी मान से पाए गए ने, पाए की गए ने कि तुसी देश धरोई हो। 72 केसां दे विच सरदार सिमरनजीत सिंह मान नूं प्रूव नहीं किया जा सकिया कि वह देश धरोई हन या नहीं, केवल सरकार हरास करती है। तो 73वां केस जिहड़ा है वह अज चल रहा है फतेहगढ़ साहब की अदालत दे विच, ते उस करके वह मसरूफ होने करके नहीं आ सके। साड़ी सारी पार्टी इत्थे बैठी है ते असी, मैं ये गल जरूर कहांगा कि सिख असी बैठे हाँ, सारे जिन्हें भी तुसी आए हो सारिया ने आके गुरु ग्रंथ साहब जी के अगे अपना मस्तक निवाया। उसका मतलब यह है कि दुनिया की कोई भी चीज हो महाराज तेरे अगे साडा सिर झुकदा है, तेरे तो उपर असी कुछ नहीं मन। पर अज जो वर्तारा इत्थे वापर रहा है, बरगाड़ी के विच मोर्चा लग्या है, उस तो स्पष्ट हो गया है कि इस पैगंबर इस साडे महान जुगो जुग अटल ग्रंथ की बेअदबी भी कुछ साढ़े अपने ने करवाई है। यह गल स्पष्ट हो गई है। हुण तुसीं विचारना है जिहड़े गुरु ग्रंथ साहिब जी दे अगे आके अपना सीस झुकाउंदे हो कि जे वह लोग साबित हो जाते हैं कि उन्होंने ही गुरु ग्रंथ साहिब जी का अपनी वोटों खातर बेअदबी करवा के ये हाल करवाया, जां साडे बच्चे शहीद करवाए ने, जां साडे बच्चा जिहड़े सजा पूरियां कर चुके ने ते जेलां विच बंद रहे 25-25 साल तो नारायण सिंह चौड़ा कल आए ने, उन्होंने 2 साल पेशी ही नहीं पाई। सो यहे जे निजाम नूं समझो, सारे का फर्ज बनता। मैं गुरु साहब की हजूरी च कहना बिना पार्टी के सदे तो मैं एक सिख के तौर पर तुहानूं सारे नूं अपील करदा, घट्टो घट्ट एक बारी बरगाड़ी जाके अपनी हाजिरी लवा के आओ तां जो दुनिया नूं पता लगे कि गुरु ग्रंथ साहिब जी नूं प्यार करन वाले लोग कदे भी किसी भी हालात दे विच अपने इष्ट की बेअदबी नूं स्वीकार ना करदे होए जिहड़ा मोर्चा लगेगा उहदे विच शमूलियत रखण जाणगे। तुसीं जैतो दे मोर्चे देखे ने, अरदास करके जिवें सघेड़ा साहब ने कहा सी अगे ना तुर जा करिए, अरदास दे अर्थां नूं अपने मन च वसाइए। जैतो दा मोर्चा क्यों लग्या सी, उत्थे भी अखंड पाठ साहब जिहड़े ने उह खंडित कर दित्ते गए सी, तुसीं जित्तिया। तुहाडे अकाल तख्त साहब तो जैतो मोर्चे रोज जांदे रहे ने। एक गल करके मैं अपनी गल लैना, उहदे विच इक बीबी गुरनाम कौर सी, अज वी साडी भैण गई है ना, मैं भैण दी गल ही कर दवां। जैतो दा मोर्चा अकाल तख्त साहब तो चलिया जदों जैतो की जूह के जाता से, क्योंकि ये स्टेट होर सी, उस स्टेट दूजे राजे की सी, तो ब्रिटिश गौरमेंट उन्होंने जा गिरफ्तार कर लेती सी जां लाठीचार्ज करती सी। एक मोर्चा जा रहा सी एसोसिएटेड प्रेस ऑफ अमेरिका, 1920 उन्होंने रिपोर्टिंग की है। उस मोर्चे के बीबी गुरनाम कौर अपने 1.5 महीने के बच्चे मोढ़े नाल लैके ला के उस मोर्चे में जा रहे थे जैतो। जदों जैतो की जूह एंटर किए उन्होंने लाठीचार्ज होया, गोली चली, वो पिछे नहीं हटे। सबबी 1.5 महीने के बच्चे नूं गोली वजी ते वो ठंडा हो गया। एसोसिएटेड प्रेस का नुमाइंदा अमेरिका का अज तो 100 साल पहला तुहाडे पंजाब दे जैतो दे मोर्चे की कवरेज कर रहा है, जिवें अज हरबीर सिंह जी कर रहे हैं साडियां घटनावां दी कवरेज। उन्हें यह घटना लिखी है,
थोड़ी देर बीबी गुरु नानक कौर रुकी, बच्चा अपने मोढ़े तो लाया, उन्हें रज के प्यार किया, देखा कि वह शांत हो चुका है। नजदीक एक बहुत बड़ा पत्थर पिया सी, उधर तेरा के फतेह बधाई, वाहिगुरु जी का खालसा वाहिगुरु जी की फतेह। बच्चे तेरा मेरा इन्ना ही सी, क्योंकि मैं गुरु वास्ते जा रही हाँ, मैं रुक नहीं सकती, मैं पिछे नहीं हट सकती। ऐसिया गल्लां तुसीं कीतियां ने, कोई 100 साल तो उपर गल नहीं होई अजे। सो मैं अपने तौर पर, अपनी पार्टी के तौर पर महसूस करदा कि भाई हरवीर सिंह जी संधु उन्हां दी धरू सपत्नी साड़ी भैन साड़ी भाभी जो मर्जी रिश्ता सी स्थापित कर लिए, पर साढ़े समुचे परिवार श्रोमणी अकाली दल अमृतसर की साड़ी सत्कारयोग मैंबर अज चली गई है। सब ने जाना है, क्योंकि गण काले सब दिवस सास नह बढ़न घटन तिल सार। मैं गुरु सच पातशाह अगे बेनती करता, जे किसी का पति होवे तां ओह हरबीर सिंह संधु वर्गा होवे, जिन्हें एक पासे कौम की लड़ाई पूरी लड़ी, दूजे पासे परिवार का एक एक मिनट का जिहड़ा फर्ज सी ओह गुरु अगे केवल नावां फेरां दे टाइम जिहड़ा आपां ने महाराज सच्चे पातशाह नूं इक इक किस्म दा आपां इकरारनामा कीता हुंदा है, उन्हों निभाया, इहदी निभ गई है। मैं कहना सारे की निभे, बीबी जी की निभ गई है, सारे की निभे। अरदास है सच्चे पातशाह दे अगे, अरदास है महाराज सच्चे पातशाह के, जिथे भाई हरबीर सिंह जी संधु साहब साड़ी न्यूजीलैंड बैठी बेटी होर सारे परिवारक मैंबर उन्हां नूं बल बख्शन, साड़ी भैन नूं अपने चरणा च निवास बख्शन, ते उहदा हौसला जिवें साड़ियां भैणां ने दस्सिया है कि मैं ठीक हो जावांगी, मैनूं लगदा है वह फिर जन्म लऊगी, तो जन्म लैके फिर इस तरह ही इस कौम की सेवा करूगी। वाहिगुरु जी का खालसा वाहिगुरु जी की फतह। बोले सोनिहाल सरापों के रसाले दे नाल सन्मान किया जाता है। वाहिगुरु जी का खालसा वाहिगुरु जी की फतेह। हुण बेनती है प्रबंधकां नूं गुरु की देव बरताउण। कई बारी असीं जिन्हां दा बहुत ही सत्कारयोग हुंदे ने उन्हां दा नां सब तों विसर जांदा है। सो उन्हां सारिआं तों माईआं बीबीआं पीर बजुर्गां दा बहुत बहुत सत्कार भुल्लां चुक्कां दी किवां। वाहिगुरू जी का खालसा वाहिगुरू जी की फतह। गुरु ग्रंथ साहिब जिन्हां गुरु ग्रंथ साहिब गुरु ग्रंथ साहिब करो वाहिगुरु जी का खालसा।